ਸਭ ਤੋਂ ਪਹਿਲਾਂ ਤਾਂ ਥੈਂਕ ਯੂ ਭਾਅ ਜੀ ਦਾ ਵੀ ਇਹਨਾਂ ਨੇ ਇੰਨਾ ਸੈਂਸਿਟਿਵ ਮੁੱਦਾ ਲਿਆ ਉਸ ਮੁੱਦੇ 'ਚ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਤੁਹਾਡੇ ਸਾਰਿਆਂ ਰੂਬਰੂ ਹੋ ਸਕਾਂ ਔਰ ਆਪਣੇ ਵਿਚਾਰ ਇਸ ਟੋਪਿਕ 'ਤੇ ਪੇਸ਼ ਕਰ ਸਕਾਂ ਔਰ ਆਈ ਥਿੰਕ ਬਟ ਉਸ ਤੋਂ ਵੱਡੀ ਗੱਲ ਇਹ ਕਿ ਮੈਨੂੰ ਚੰਗਾ ਲੱਗਾ ਕਿ ਭਾਈ ਸਾਹਿਬ ਨੇ ਇੱਕ ਐਸਾ ਸੋਸ਼ਲ ਇਸ਼ੂ ਉਠਾਇਆ ਐਸਾ ਇੱਕ ਸੋਸ਼ਲ ਮੁੱਦਾ ਲਿਆ ਜਿੱਦਾਂ ਭਾਅ ਜੀ ਨੇ ਵੀ ਕਿਹਾ ਵੀ ਅਸੀਂ ਗੱਲ ਨਹੀਂ ਕਰਦੇ ਸਾਨੂੰ ਸਾਰਿਆਂ ਨੂੰ ਲੱਗਦਾ ਵੀ ਕਿਧਰੇ ਨਾ ਕਿਧਰੇ ਇਹ ਹੋ ਰਿਹਾ ਪਰ ਮੈਂ ਕਬੂਤਰੋਂ ਅੱਖਾਂ ਬੰਦ ਕਰਕੇ ਬੈਠ ਸਕਾਂ ਸ਼ਾਇਦ ਬਿੱਲੀ ਦੀ ਹੋਂਦ ਤੋਂ ਮੈਂ ਮੁਨਕਰ ਗਿਆ ਮੈਂ ਮੰਨ ਲਿਆ ਵੀ ਇਹ ਚੀਜ਼ ਨੂੰ ਮੈਂ ਹੋਣ ਦੇਣਾ ਬਟ ਇਟਸ ਅ ਗੁੱਡ ਥਿੰਗ ਬਈ ਜਦੋਂ ਸਾਡੇ ਜਿਹੜੇ ਯੰਗ ਬੰਦੇ ਨੇ ਇਨ ਦਾ ਯੂਥ ਕਮਜ਼ ਅਪ ਇਨ ਦਾ ਟਰਾਈ ਟੂ ਹਾਈਲਾਈਟ ਦੀਜ਼ ਇਸ਼ੂਜ਼ ਟੂ ਮੂਵੀਜ਼ ਐਂਡ ਵਾਟ ਨਾਟ ਅਤੇ ਅਗਰ ਅਸੀਂ ਇਸ ਮੁੱਦੇ ਨੂੰ ਜਿੰਨਾ ਹਾਈਲਾਈਟ ਕਰਦੇ ਰਹਾਂਗੇ ਕਿਧਰੇ ਨਾ ਕਿਧਰੇ ਹੋ ਸਕਦਾ ਵੀ ਲੋਕਾਂ ਦੀ ਜਿਹੜੀ ਰੂਹ ਹੈ ਉਹ ਜਾਗੇਗੀ ਇੱਥੇ ਸਲਾਈਡ 'ਤੇ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਪਰ ਮੇਰੀ ਸਟੋਰੀ ਦੇ ਨਾਲ ਕੁਝ ਹੋਰ ਜੁੜੀ ਹੋਈ ਸੀ ਜਦੋਂ ਭਾਅ ਜੀ ਨੇ ਮੈਨੂੰ ਕਿਹਾ ਕਿ ਪ੍ਰੈਜੈਂਟੇਸ਼ਨ ਬਣਾਓ ਤਾਂ ਮੈਂ ਪ੍ਰੈਜੈਂਟੇਸ਼ਨ ਤਾਂ ਬਣਾ ਲਈ ਕਿਉਂਕਿ ਉਹ ਤਾਂ ਸ਼ਾਇਦ ਦਿਮਾਗ ਦਾ ਵਿਸ਼ਾ ਸੀ ਦਿਮਾਗ ਨੇ ਉਹ ਪ੍ਰੈਜੈਂਟੇਸ਼ਨ ਬਣਾ ਲਈ ਅਤੇ ਕੱਲ੍ਹ ਮੈਂ ਸ਼ਾਮ ਵੇਲੇ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀ ਵੀ ਪ੍ਰੈਜੈਂਟੇਸ਼ਨ ਤਾਂ ਬਣ ਗਈ ਤਾਂ ਆਪਾਂ ਸ਼ੁਰੂ ਕਿੱਥੋਂ ਕਰਨੀ ਹੈ ਉਹ ਮੇਰੇ ਕੋਲ ਸਟਾਰਟਿੰਗ ਵਾਲੇ ਥੋਟਸ ਨਹੀਂ ਸੀ ਆ ਰਹੇ ਅਤੇ ਕੱਲ੍ਹ ਮੈਂ ਜਿਹੜੇ ਹਾਊਸ ਵਾਰਮਿੰਗ 'ਤੇ ਗਿਆ ਅਤੇ ਉੱਥੇ ਮੈਂ ਸਟੋਰੀ ਲਿਖੀ ਵੀ ਜੋ ਮੈਨੂੰ ਫੀਲ ਹੋਇਆ ਅਤੇ ਜੋ ਕੁੜੀ ਨਾਲ ਮੇਰਾ ਕਨੈਕਸ਼ਨ ਬਣਿਆ ਪਰ ਜੋ ਗੱਲ ਮੈਂ ਇੱਥੇ ਨਹੀਂ ਲਿਖੀ ਉਹ ਹੈਗੀ ਕਿ ਸ਼ਾਇਦ ਇੱਕ ਕੁੜੀ ਨੇ ਮੈਨੂੰ ਦੱਸਿਆ ਵੀ ਪ੍ਰੀਤ ਸਿੰਘ ਜਿਹੜੀ ਤੂੰ ਪ੍ਰੈਜੈਂਟੇਸ਼ਨ ਕਰਨ ਚੱਲਿਆ ਨਾ ਉਹਨੂੰ ਦਿਮਾਗ ਨਾਲ ਲੱਗਿਆ ਕਿਉਂਕਿ ਮੁੱਦਾ ਦਿਲ ਦਾ ਕਿਉਂਕਿ ਜਿਹੜੇ ਸਾਡੇ ਦਿਲ ਨੇ ਉਹ ਬੇਈਮਾਨ ਹੋ ਜਾਂਦੇ ਆ ਕਿਉਂਕਿ ਜਦੋਂ ਸਾਡਾ ਦਿਲ ਬੇਈਮਾਨ ਹੋ ਜਾਂਦਾ ਤਾਂ ਸਾਡੀ ਸੁਸਾਇਟੀ ਇੱਥੇ ਪਹੁੰਚ ਜਾਂਦੀ ਸੋ ਮੈਨੂੰ ਉਸ ਕੁੜੀ ਤੋਂ ਉਹਨੇ ਬਿਨਾਂ ਕੁਝ ਕਹੇ ਮੈਂ ਇੰਨੇ ਦਿਨ ਤੋਂ ਸੋਚ ਰਿਹਾ ਸੀ ਪ੍ਰੈਜੈਂਟੇਸ਼ਨ ਸ਼ੁਰੂ ਕਿਵੇਂ ਕਰਨੀ ਹੈ ਅਤੇ ਇਸ ਕੁੜੀ ਨੇ ਸੀ ਇਸ ਵਾਰ ਨੇ ਮੈਨੂੰ ਬਿਨਾਂ ਬੋਲੇ ਜਾਂ ਦੱਸਦਾ ਵੀ ਤੂੰ ਕਿਉਂਕਿ ਦਿਮਾਗ ਤੋਂ ਸੋਚ ਰਿਹਾ ਕਿ ਤੇਰੇ ਕੋਲ ਆਂਸਰ ਨਹੀਂ ਆ ਸਕਦਾ ਸ਼ਾਇਦ ਇਸੀ ਲਈ ਮੈਂ ਆਪਣੀ ਵਾਈਫ ਨਾਲ ਵੀ ਗੱਲ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿਉਂਕਿ ਇਹ ਜਿਹੜਾ ਮੁੱਦਾ ਇਹ ਫੀਮੇਲ ਨਾਲ ਜੁੜਿਆ ਜਿਹੜਾ ਮੇਰਾ ਮੇਲ ਪਰਸਪੈਕਟਿਵ ਹੈ ਆਈ ਕੈਨ ਪੁੱਟ ਇਨ ਟੂ ਡਾਕੂਮੈਂਟੇਸ਼ਨ ਦਾ ਮੇਲ ਪਰਸਪੈਕਟਿਵ ਬਟ ਜੋ ਫੀਲਿੰਗਸ ਨੇ ਉਹ ਫੀਮੇਲ ਕੋਲ ਨੇ ਇਸ ਮੁੱਦੇ ਨੂੰ ਲੈ ਕੇ ਤਾਂ ਇੱਕ ਛੋਟੀ ਬੱਚੀ ਨੇ ਮੈਨੂੰ ਆਈਡੀਆ ਦਿੱਤਾ ਵੀ ਇਹ ਜਿਹੜੀ ਸਟੋਰੀ ਹੈ ਐਕਚੁਅਲੀ ਹਰ ਇੱਕ ਲੇਡੀ ਦੀ ਸਟੋਰੀ ਹੈ ਅਤੇ ਇਹ ਸਟੋਰੀ ਅੱਜ ਦੀ ਨਹੀਂ ਹੈ ਇਹ ਸਟੋਰੀ ਜਿਹੜੀ ਹੈ ਬੜੀ ਪੁਰਾਣੀ ਹੈ ਅਸੀਂ ਬੜੀ ਸਦੀਆਂ ਤੋਂ ਹੀ ਇਸ ਵੂਮੈਨ ਡਿਸਕ੍ਰੀਮੀਨੇਸ਼ਨ ਨੂੰ ਬੜੇ ਵੱਡੇ ਤੌਰ 'ਤੇ ਮੈਂ ਇਹਨੂੰ ਸਿਰਫ ਇੱਕ ਕਰੋਨਾ ਜਾ ਕੇ ਨਹੀਂ ਫੋਕਸ ਕਰਨਾ ਚਾਹੁੰਦਾ ਇਹ ਡਿਸਕ੍ਰੀਮੀਨੇਸ਼ਨ ਜਿਹੜੀ ਹੈ ਇਹ ਸਿਰਫ ਹਿੰਦੁਸਤਾਨ ਦੀ ਧਰਤੀ ਤੱਕ ਹੀ ਸੀਮਤ ਨਹੀਂ ਸੀਗੀ ਪਹਿਲੀ ਗੱਲ ਟ੍ਰੈਡੀਸ਼ਨਲ ਤੌਰ 'ਤੇ ਇਹ ਪੂਰੀ ਦੁਨੀਆ ਦਾ ਹੀ ਮੁੱਦਾ ਸੀਗਾ ਔਰ ਜਿਹੜੇ ਮੁੱਦੇ ਸੀ ਜਿਹੜੇ ਅਸੀਂ ਡਿਸਕ੍ਰੀਮੀਨੇਸ਼ਨ ਕਰਦੇ ਹਾਂ ਔਰਤ ਨਾਲ ਉਹ ਅਕਰੋਸ ਆਲ ਦੀਸ ਥਿੰਗਸ ਅਸੀਂ ਉਹਨਾਂ ਨੂੰ ਕਦੀ ਪਰਸਨਲ ਇੰਡੀਪੈਂਡੈਂਸ ਨਹੀਂ ਦਿੱਤੀ ਪੁੱਛਿਆ ਹੀ ਨਹੀਂ ਭਾਈ ਸਾਹਿਬ ਵੀ ਭੈਣ ਤੂੰ ਪੜ੍ਹਨਾ ਕਿੰਨਾ ਉਹ ਵੀ ਮੈਂ ਦੱਸਣਾ ਤੁਸੀਂ ਪੜ੍ਹਾਈ ਕਿਉਂ ਨਹੀਂ ਕਰਨੀ ਤੁਸੀਂ ਫੈਮਿਲੀ ਚੋਇਸਿਸ ਕੀ ਕਰਨੀਆਂ ਨੇ ਕੁੜੀ ਕਰਨਾ ਕਿ ਮੁੰਡਾ ਕਰਨਾ ਉਹ ਅਸੀਂ ਦੱਸਾਂਗੇ ਦੂਜੇ ਤੋਂ ਬਾਅਦ ਤੀਜਾ ਬੱਚਾ ਤੁਸੀਂ ਕਰਨਾ ਕਿ ਨਹੀਂ ਕਰਨਾ ਤੁਹਾਡੀ ਬੋਡੀ ਅਲਾਓ ਕਰਦੀ ਕਿ ਨਹੀਂ ਕਰਦੀ ਉਹ ਮੈਂ ਦੱਸਾਂਗਾ ਉਹਨੇ ਕੋਲ ਕੋਈ ਸੋਸ਼ਲ ਫਰੀਡਮ ਨਹੀਂ ਅਸੀਂ ਦਿੱਤੀ ਐਂਡ ਇਟ ਇਜ਼ ਅਕਰੋਸ ਦਾ ਗਲੋਬ ਅਸੀਂ ਕਿਧਰੇ ਇਹਨੂੰ ਇਸ ਗੱਲ 'ਤੇ ਮਿਲਣਾ ਰਹੀਏ ਕਿ ਸਿਰਫ ਹਿੰਦੁਸਤਾਨ ਦੀ ਧਰਤੀ 'ਤੇ ਇੱਦਾਂ ਹੋਇਆ ਨਾ ਅਸੀਂ ਉਹਨੂੰ ਆਪਸ਼ਨ ਦਿੱਤੀਆਂ ਕਿ ਦੋਸਤੀ ਕਿਸ ਨਾਲ ਕਰ ਸਕਦੇ ਹੋ ਨਾ ਉਹਨੂੰ ਰਿਲੀਜੀਅਸ ਫਰੀਡਮ ਦਿੱਤੀ ਅਤੇ ਨਾ ਅਸੀਂ ਉਹਨੂੰ ਕਿਸੇ ਇਕਨੋਮਿਕ ਰਿਫੋਰਮਸ ਦਾ ਹਿੱਸਾ ਬਣਨ ਦਿੱਤਾ ਅਤੇ ਸਭ ਤੋਂ ਇੰਪੋਰਟੈਂਟ ਗੱਲ ਅਸੀਂ ਉਹਨੂੰ ਕਦੇ ਰਾਈਟ ਟੂ ਲਿਵ ਵੀ ਨਹੀਂ ਦਿੱਤਾ ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ ਇਹ ਸਦੀਆਂ ਸਦੀਆਂ ਤੋਂ ਇੱਦਾਂ ਹੀ ਹੁੰਦਾ ਆ ਰਿਹਾ ਬਟ ਇਹ ਸਾਰੀ ਕਹਾਣੀ ਦੇ ਵਿੱਚ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀਗੀ ਕਿ ਸਾਰੀ ਦੁਨੀਆ ਦੇ ਵਿੱਚ ਵੂਮੈਨ ਲਿਬਰਲਾਈਜੇਸ਼ਨ ਇਟ ਕੇਮ ਥਰੂ ਦੀ ਇੰਡਸਟਰੀਅਲ ਰੈਵੋਲਿਊਸ਼ਨ ਐਂਡ ਥਰੂ ਦੀ ਇਕਨੋਮਿਕ ਰਿਫੋਰਮਸ ਵੀ ਔਰਤ ਨੂੰ ਲਿਬਰਲ ਕਰਨ ਦਾ ਤਰੀਕਾ ਇਹਨਾਂ ਨੇ ਇੰਡਸਟਰੀਅਲ ਰਿਫੋਰਮਸ ਦੇ ਥਰੂ ਕੱਢਿਆ ਇਕੁਐਲਿਟੀ ਦਾ ਜਿਹੜਾ ਨਾਰਾ ਦੁਨੀਆ ਦੇ ਵਿੱਚ ਔਰਤ ਲਈ ਲੱਗਿਆ ਉਹ ਕੇਵਲ ਅਤੇ ਕੇਵਲ ਇਕਨੋਮਿਕ ਰਿਫੋਰਮਸ ਕਰਕੇ ਲੱਗਾ ਇੱਕ ਹਿੰਦੁਸਤਾਨ ਦੀ ਧਰਤੀ ਇੱਦਾਂ ਦੀ ਸੀਗੀ ਜਿੱਥੇ ਬਰਾਬਰਤਾ ਦਾ ਨਾਰਾ ਸਪਿਰਚੁਅਲ ਰਿਫੋਰਮ 'ਚ ਲੱਗਿਆ ਔਰ ਅੱਜ ਤੋਂ 100 ਸਾਲ ਪਹਿਲੇ ਦੀ ਗੱਲ ਨਹੀਂ ਹੈਗੀ ਇਹ ਕਹਾਣੀ ਬੜੇ ਸਾਲ ਪਹਿਲੇ ਸ਼ੁਰੂ ਹੋਈ ਪਰ ਸ਼ਾਇਦ ਅਸੀਂ ਅੱਜ ਉਹਦੇ ਵਾਰਸ ਹੋਣ ਦੇ ਬਾਵਜੂਦ ਅਸੀਂ ਉਹਨੂੰ ਨਹੀਂ ਪਹਿਚਾਣ ਪਾ ਰਹੇ ਤਾਂ ਸ਼ਾਇਦ ਅਸੀਂ ਅੱਜ ਸਾਨੂੰ ਇਹ ਮੂਵੀਜ਼ ਬਣਾਉਣੀ ਪੈ ਰਹੀ ਹੈ ਸੋ ਸਾਡੇ ਲਈ ਪਹਿਲੇ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਵਿਰਸੇ 'ਚੋਂ ਨਿਕਲ ਕੇ ਆਏ ਹਾਂ ਅਤੇ ਅਸੀਂ ਕਿਸ ਚੀਜ਼ ਨੂੰ ਭੁੱਲੀ ਬੈਠੇ ਹਾਂ ਔਰ ਸਿਰਫ ਗੱਲ ਮੈਂ ਪੰਜਾਬ ਦੀ ਧਰਤੀ ਦੀ ਨਹੀਂ ਕਰ ਰਿਹਾ ਇਹ ਸਪਿਰਚੁਅਲ ਮੂਵਮੈਂਟ ਚੱਲੀ ਅਗੇਨ ਮੇਰਾ ਕੋਈ ਹਿਸਟਰੀ ਨਾਲ ਲਿੰਕ ਨਹੀਂ ਹੈ ਮੈਂ ਹਿਸਟਰੀ ਦਾ ਸਟੂਡੈਂਟ ਨਹੀਂ ਕੋਈ ਕਹੇਗਾ 14th to 17th century ਕੋਈ 12th to 17th ਕੋਈ 13th to 17th ਪਰ ਗੱਲ ਇਹ ਨਹੀਂ
ਜੋ ਗੱਲ ਹੈਗੀ ਕਿ ਸੁੱਚਾ ਸਿੱਖਣਾ ਕੀ ਸੀ, ਗੱਲ ਹੈਗੀ ਕਿ ਇਹ ਸਾਰੀ ਸਪਿਰਚੁਅਲ ਮੂਵਮੈਂਟ ਪੂਰੇ ਹਿੰਦੁਸਤਾਨ 'ਚੋਂ ਨਿਕਲੀ। ਇਹਦੇ ਵਿੱਚ ਭਗਤ ਕਬੀਰ ਵਰਗੇ, ਜੈਦੇਵ ਜੀ, ਰਾਮਾਨੰਦ ਜੀ, ਸਦਨਾ ਜੀ, ਸੈਨ ਜੀ, ਧੰਨਾ ਜੀ ਅਤੇ ਸਾਡੇ 10 ਪਾਤਸ਼ਾਹੀਆਂ ਗੁਰੂ ਨਾਨਕ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਤੱਕ, ਇਹ ਜਦੋਂ ਇਸ ਧਰਤੀ 'ਤੇ ਆਏ ਤਾਂ ਉਹਨੂੰ ਦੇਖਿਆ ਕਿ ਇਹ ਕੀ ਕਰ ਬੈਠੇ ਸੀ। ਇੱਥੇ ਸਾਰੀ ਸੁਸਾਇਟੀ ਜਿਹੜੀ ਆ ਉਹ ਕਾਸਟ, ਕਲਰ, ਕ੍ਰੀਡ, ਜੈਂਡਰ, ਰਿਲੀਜਨ, ਜਿਹੜਾ ਰਿਲੀਜਨ ਸਭ ਨੂੰ ਇੱਕ ਕਰਨਾ ਸੀ, ਅਸੀਂ ਇਹਦੇ ਬੇਸ 'ਤੇ ਸਾਰੀ ਸੁਸਾਇਟੀ ਤੋੜ ਦਿੱਤੀ। ਹੁਣ ਇਹ ਜਦੋਂ ਪਰਮੇਸ਼ਰ ਨਾਲ ਇਕਮਿਕ ਹੋਏ, ਕਿਉਂਕਿ ਧਰਤੀ ਪਰਮੇਸ਼ਰ ਦੀ ਸੀਗੀ, ਉਹ ਜਦੋਂ ਕ੍ਰੀਏਟਰ ਨਾਲ ਬੰਨ ਹੋ ਗਏ, ਉਹਨੂੰ ਸਮਝ ਆਇਆ ਵੀ ਇਹ ਤਾਂ ਇੱਥੇ ਬਜ਼ੁਰਗ ਬਣਾਏ ਸੀ, ਸਾਨੂੰ ਤਾਂ ਇੱਕ ਦੂਜੇ ਨੂੰ ਦੇਖਣ ਦਾ, ਇੱਕ ਦੂਜੇ ਨੂੰ ਸਮਝਣ ਦਾ ਤਰੀਕਾ ਕੁਝ ਹੋਰ ਸੀਗਾ। ਸਾਨੂੰ ਤਾਂ ਇੱਥੇ ਬਜ਼ੁਰਗ ਨੂੰ ਭੇਜਿਆ ਸੀ, ਅਸੀਂ ਸਰੀਰ ਨਾਲ ਜੁੜ ਗਏ, ਜਿਹੜਾ ਕਮਜ਼ੋਰ ਸਰੀਰ ਸੀ ਉਹਨੂੰ ਥੱਲੇ ਦਬਾਉਣਾ ਸ਼ੁਰੂ ਕਰਤਾ, ਜਿਹਦੇ ਕੋਲ ਪੈਸਾ ਘੱਟ ਸੀ ਉਹਨੂੰ ਥੱਲੇ ਦਬਾ ਦਿੱਤਾ। ਉਹ ਕਿਹਾ ਵੀ ਨਹੀਂ, ਸਾਨੂੰ ਤਾਂ ਜੋ ਮੈਸੇਜ ਆ ਰਿਹਾ ਪਰਮੇਸ਼ਰ ਦਾ ਉਹ ਹੈ ਸਭ ਮੈਂ ਜੋਤ ਜੋਤ ਹੈ ਸਰ। ਉਹਨਾਂ ਨੇ ਗੱਲ ਖਤਮ ਕਰਤੀ, ਉਹਨਾਂ ਨੇ ਕੋਮਨ ਪਲੇਟਫਾਰਮ ਕ੍ਰੀਏਟ ਕਰਤਾ। ਉਹ ਕਹਿੰਦਾ ਵੀ ਇਹ ਤਾਂ ਐਕਚੁਅਲੀ ਸਾਡੇ ਅੰਦਰ ਇੱਕ ਕੋਮਨ ਟ੍ਰਾਈਵਿੰਗ ਐਨਰਜੀ ਹੈ, ਉਹ ਭਾਵੇਂ ਬੰਦਾ ਅਫਰੀਕਾ ਬੈਠਾ, ਭਾਵੇਂ ਅਮੈਰੀਕਾ ਬੈਠਾ, ਭਾਵੇਂ ਗੋਰਾ, ਭਾਵੇਂ ਕਾਲਾ, ਭਾਵੇਂ ਚਿੱਟਾ, ਭਾਵੇਂ ਮਰਦ ਹੈ ਅਤੇ ਭਾਵੇਂ ਔਰਤ ਹੈ, ਅੰਦਰ ਐਨਰਜੀ ਦੇਖ ਕੇ ਚੱਲ ਰਹੀ ਹੈ। ਉਹ ਇੱਥੇ ਤੱਕ ਆ ਕੇ ਕਹਿੰਦੇ ਕਿ ਬਈ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕਰੋ। ਉਹ ਕਹਿੰਦੇ ਵੀ ਇੱਥੇ ਜਿਹੜੇ ਦਾਣੇ ਵੀ ਨੇ, ਜਿਹੜੀ ਪਲਾਂਟ ਲਾਈਫ ਹੈਗੀ, ਇਹਦੇ 'ਚ ਸੇਮ ਲਾਈਫ ਚੱਲ ਰਹੀ ਹੈ, ਅਤੇ ਅਸੀਂ ਇਨਸਾਨਾਂ 'ਚ ਕਿੱਦਾਂ ਡਿਸਕ੍ਰਿਮੀਨੇਸ਼ਨ ਸ਼ੁਰੂ ਕਰਤੀ ਅਤੇ ਕਮਾਲ ਕਰਤੀ। ਉਹਨਾਂ ਫਿਰ ਅੱਗੇ ਕਹਿੰਦਾ, ਕਹਿੰਦੇ ਵੀ ਜਾਣੋ ਜੋਤ ਨਾਲ ਪੁੱਛੋ ਜਾਤੀ, ਜਸਟ ਇਨ ਕੇਸ ਅਗਰ ਕਿਸੇ ਨੂੰ ਉਹ ਸਾਹਮਣੇ ਨਹੀਂ ਪੜਿਆ ਜਾ ਰਿਹਾ ਪੰਜਾਬੀ ਦੇ ਵਿੱਚ। ਕਹਿੰਦੇ ਜਿਹਦੀ ਅਸੀਂ ਜਾਣ ਪਛਾਣ ਕਰਨੀ ਸੀ, ਜਿਸ ਨਾਲ ਅਸੀਂ ਸਾਂਝ ਪਾਣੀ ਸੀਗੀ, ਉਹਦੀ ਜੋਤ ਮਤਲਬ ਵਰਚੂਅਲ ਦੀ ਗੱਲ ਕਰਨੀ ਸੀ, ਅਸੀਂ ਸ਼ਰੀਰਾਂ ਦੀ ਗੱਲ ਕਰਨੀ ਸ਼ੁਰੂ ਕਰ। ਕਹਿੰਦੇ ਐਕਚੁਅਲ ਜਿਹੜਾ ਪਰਮੇਸ਼ਰ ਨੇ ਸਾਨੂੰ ਭੇਜਿਆ ਸੀ ਐਜ਼ ਅ ਹਿਊਮਨ, ਉਹ ਅਸੀਂ ਇਸ ਲੈਵਲ 'ਤੇ ਆ ਕੇ ਗੱਲ ਕਰਨੀ ਸੀ ਵੀ ਦੂਜੇ 'ਤੇ ਵਰਚੂਅਸ ਕੀ ਨੇ। ਹੁਣ ਪ੍ਰੋਬਲਮ ਇਹ ਆ ਗਈ, ਲੋਕਾਂ ਨੂੰ ਬੜੀ ਵੱਡੀ, ਮੈਨੂੰ ਲੱਗਦਾ ਪਰਸਨਲੀ ਇਹ ਲੱਗਦਾ ਕਿ ਵੀ ਸਵਾਲ ਆ ਗਿਆ ਨਾ ਵੀ ਜੇ ਗੱਲ ਵਰਚੂਅਸ 'ਤੇ ਆ ਗਈ ਤਾਂ ਸੁਸਾਇਟੀ ਕਿਵੇਂ ਓਪਰੇਟ ਹੋਈ, ਸੁਸਾਇਟੀ ਦਾ ਲੈਣ ਦੇਣ ਕਿਵੇਂ ਚੱਲੇਗਾ। ਕਿਉਂਕਿ ਜਿੱਦਾਂ ਦੀ ਸੁਸਾਇਟੀ 'ਚ ਰਹਿੰਦੇ ਹਾਂ ਅਸੀਂ ਉੱਦਾਂ ਦੇ ਕਸਟਮ ਬਣਾ ਲੈਂਦੇ ਹਾਂ। ਜੇ ਮੈਂ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਰਹਿੰਦਾ ਅਤੇ ਮੈਂ ਕੈਪੀਟਲਿਸਟ ਡ੍ਰਿਵਨ ਰਿਸੋਰਸ ਬਣਾਉਣਾ ਚਾਹੁੰਦਾ, ਜੇ ਮੈਂ ਸੋਸ਼ਲਿਸਟ ਸੁਸਾਇਟੀ ਵਿੱਚ ਰਹਿੰਦਾ ਤਾਂ ਮੈਂ ਸੋਸ਼ਲਿਜ਼ਮ ਡ੍ਰਿਵਨ ਕਸਟਮ ਬਣਾਉਣਾ ਚਾਹੁੰਦਾ। ਇਹ ਭਗਤ ਜਨਾਂ ਨੇ, ਗੁਰਸਾਹਿਬਾਨਾਂ ਨੇ ਜਿਹਨੇ ਕੋਮਨ ਪਲੇਟਫਾਰਮ ਦੀ ਇੱਕ ਸੁਨੇਹਾ ਦੇ ਦਿੱਤਾ ਕਿ ਜਿਹੜੀ ਗੱਲ ਹੈਗੀ ਉਹ ਸਿਰਫ ਇਨਰ ਕੌਂਸ਼ੀਅਸਨੈਸ ਦੀ ਹੋ ਸਕਦੀ ਹੈ, ਸਰੀਰ ਦੀ ਹੋ ਹੀ ਨਹੀਂ ਸਕਦੀ। ਹੁਣ ਉਹਨਾਂ ਨੇ ਸਾਰੇ ਜਿਹੜੇ ਮੇਰੇ ਸੋਸ਼ਲ ਰਿਚੁਅਲ ਸੀਗੇ ਉਹਨਾਂ ਨੂੰ ਇਸ ਪ੍ਰੇਮ ਦੀ ਭਾਸ਼ਾ 'ਚ ਕਨਵਰਟ ਕਰਨਾ ਸ਼ੁਰੂ ਕਰਤਾ ਵੀ ਐਕਚੁਅਲ ਤੁਹਾਡੇ ਇਹ ਸਾਰੇ ਰਿਚੁਅਲ ਦੇ ਪਿੱਛੇ ਤਰੀਕਾ ਕੀ ਹੋਣਾ ਚਾਹੀਦਾ ਸੀ ਵਰਤਣ ਵਰਤਾਂ, ਅਸੀਂ ਕਿੱਥੇ ਪਹੁੰਚ ਗਏ ਹੁਣ, ਇਹ ਡੇਵੀਏਸ਼ਨ ਮੈਂ ਆਪਣੇ ਅੰਦਰ ਝਾਤ ਮਾਰਨੀ ਹੈ। ਉਹ ਤਾਂ ਅੱਜ ਤੋਂ 500 ਸਾਲ ਪਹਿਲੇ ਕਹਿ ਗਏ ਅਤੇ ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਮੈਂ ਸਾਰੇ ਚੀਜ਼ਾਂ ਦਾ ਐਗਜ਼ਾਮਪਲ ਲਵਾਂ। ਇੱਦਾਂ ਦੇ ਐਗਜ਼ਾਮਪਲ ਸਾਡੇ ਕੋਲ ਥਰੂ ਸਪਿਰਚੁਅਲ ਮੂਵਮੈਂਟ ਹਜ਼ਾਰਾਂ ਐਗਜ਼ਾਮਪਲ ਨੇ, ਪਰ ਜਿਹੜੇ ਅੱਜ ਸਾਡੇ ਕੋਲ ਜਿਹੜੇ ਅੱਜ ਦੇ ਇੰਪੋਰਟੈਂਟ ਮੁੱਦੇ ਸੀ ਵੀ ਸਪੈਸ਼ਲੀ ਵੂਮੈਨ ਵਾਸਤੇ ਉਹਨਾਂ ਨੇ ਕਿੱਦਾਂ ਸਾਡੇ ਰਿਚੁਅਲਸ ਨੂੰ ਜਿਹੜਾ ਸੀਗਾ ਉਹਨਾਂ ਨੇ ਸਾਨੂੰ ਇੱਕ ਨਵੀਂ ਡਾਇਰੈਕਸ਼ਨ ਦੇਣੀ ਸ਼ੁਰੂ ਕੀਤੀ। ਇੱਥੇ ਹੁਣ ਗੱਲ ਕਰ ਰਹੇ ਹਰ ਪਰਮ ਮੇਰੇ ਬਾਬਲਾ ਹਰਦੇਵ ਉਹ ਦਾਨ ਮੈਂ ਦਾਜ ਵੀ ਦਾਜ ਬੜੀ ਵੱਡੀ ਸਮੱਸਿਆ ਸੀਗੀ, ਅਸੀਂ ਸਾਰੇ ਡੋਰੀ 'ਚ ਫਸੇ ਪਏ ਸੀਗੇ। ਹੁਣ ਗੱਲ ਭਾਵੇਂ ਆਪਣੀ ਕਰ ਰਹੇ ਨੇ, ਉਹ ਕਹਿ ਰਹੇ ਨੇ ਪਰਮੇਸ਼ਰ ਨਾਲ ਮਿਲਣ ਦਾ ਇੱਕ ਤਰੀਕਾ ਕਿ ਮੈਨੂੰ ਦਾਜ ਇਕੱਠਾ ਕਰਨਾ ਪਏਗਾ, ਪ੍ਰੇਮ ਦਾ, ਵਰਚੂਜ਼ ਦਾ, ਗੁੱਡ ਕੁਆਲਿਟੀਜ਼ ਦਾ। ਪਰ ਇੰਡੀਕੇਸ਼ਨ ਮੇਰੇ ਵਰਗੇ ਬੰਦੇ ਵੱਲ ਸੀਗੀ ਵੀ ਜਿਹੜਾ ਤੂੰ ਦਾਜ ਲੈਣਾ ਸ਼ੁਰੂ ਕਰਤਾ ਇਹਦਾ ਕੋਈ ਫਾਇਦਾ ਕੀ, ਇਹਨਾਂ ਨੇ ਸੁਸਾਇਟੀ ਦੇ ਵਿੱਚ ਹੋਰ ਕਰਪਸ਼ਨ ਕ੍ਰੀਏਟ ਕਰਨੀ। ਮੇਰੇ ਵੱਲ ਇਸ਼ਾਰਾ ਸੀਗਾ ਕਿ ਵੀ ਮੈਂ ਜਿਹੜਾ ਅਗਰ ਕਿਸੇ ਨੇ ਵਿਆਹ ਕਰਨਾ, ਮੈਂ ਕੁੜੀ ਦੇਖਣ ਚੱਲਿਆ ਅਤੇ ਮੈਨੂੰ ਕੁੜੀ ਨੂੰ ਦੇਖਣ ਲਈ ਨਜ਼ਰੀਆ ਜਿਹੜਾ ਉਹ ਵਰਚੂਜ਼ਾ ਬਣਾਉਣਾ ਪਏਗਾ, ਮੈਨੂੰ ਮਟੀਰੀਅਲਿਸਟਿਕ ਥੋਟ ਤੋਂ ਉੱਠ ਕੇ ਇਹ ਦੇਖਣਾ ਪਏਗਾ ਕਿ ਇਹਦੇ ਨਾਲ ਮੈਂ ਜ਼ਿੰਦਗੀ ਦੇ ਗੋਲਸ ਕਿਵੇਂ ਇਕੱਠੇ ਜਿਹੜਾ ਅਚੀਵ ਕਰ ਸਕਦਾ। ਹੁਣ ਇੰਨਾ ਬਿਊਟੀਫੁਲ ਥੋਟ ਸੀਗਾ ਕਿ ਉਹ ਇੱਕ ਕੋਮਨ ਪਲੇਟਫਾਰਮ 'ਤੇ ਲਿਆ ਕੇ ਹੁਣ ਸਾਨੂੰ ਉਹਦੀ ਅੰਡਰਸਟੈਂਡਿੰਗ ਦੇ ਰਹੇ ਨੇ ਕਿ ਸਾਡੇ ਜਿਹੜੇ ਨੇ ਰਿਚੁਅਲਸ ਨੇ ਉਹ ਕਿਵੇਂ ਆਉਣਗੇ। ਹੁਣ ਦੂਜੀ ਜਿਹੜੀ ਵੂਮੈਨ ਦੇ ਨਾਲ ਉਸ ਟਾਈਮ 'ਤੇ ਬੜੀ ਵੱਡੀ ਸਮੱਸਿਆ ਸੀਗੀ ਉਹ ਸੀਗੀ ਸਤੀ ਦੀ, ਅਤੇ ਜਿਹੜਾ ਅਸੀਂ ਪੜ੍ਹਦੇ ਹਾਂ ਵੀ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਚੱਲਣ। ਉਹ ਕਹਿੰਦੇ ਵੀ ਅਸੀਂ ਔਰਤ ਨੂੰ ਕਿਉਂ ਫੋਰਸ ਕਰ ਰਹੇ ਹਾਂ ਕਿ ਤੂੰ ਚਿੱਖਾਂ ਨਾਲ ਜਾ ਕੇ ਜਨਮ ਜਾ, ਜੇ ਤੈਨੂੰ ਇੰਨੀ ਪਈ ਹੈ ਸਤੀ ਦੀ, ਸਤੀ ਐਕਚੁਅਲੀ ਮੀਨਸ
ਸੱਤ ਟਰੁੱਥ ਕਹਿੰਦੇ ਗੱਲ ਤੇਰੇ ਟਰੁੱਥ ਨਾਲ ਜੁੜਨ ਦੀ ਸੀਗੀ ਤੂੰ ਹੋਰ ਤੂੰ ਸਾਡਾ ਸ਼ੁਰੂ ਕਰਤਾ ਕਹਿੰਦੇ ਮਜ਼ਾ ਤਾਂ ਆਉਣਾ ਸੀਗਾ ਕਿ ਤੂੰ ਬਿਰਹਾ ਦੀ ਅੱਗ ਦੇ ਵਿੱਚ ਸੈਪਰੇਸ਼ਨ ਦੀ ਅੱਗ ਦੇ ਵਿੱਚ ਜਲ ਜਾਂਦਾ ਮਤਲਬ ਆਪਣੇ ਮਨ ਨੂੰ ਸਾੜ ਲੈਂਦਾ ਤੂੰ ਮਨ ਨੂੰ ਸਾੜਨ ਦੀ ਬਜਾਏ ਆਪਣੀ ਡਿਜ਼ਾਇਰਸ ਨੂੰ ਸਾੜਨ ਦੀ ਬਜਾਏ ਤੂੰ ਔਰਤ ਨੂੰ ਸਾੜਨਾ ਸ਼ੁਰੂ ਕਰਦਾ ਕਿਉਂਕਿ ਤੂੰ 24/7 ਮਾਇਆ 'ਚ ਲੱਗਾ ਹੋਇਆ ਅਤੇ ਜਿਹੜਾ ਤੇਰਾ ਪਰਸਪੈਕਟਿਵ ਹੈਗਾ ਉਹ ਹੁਣ ਇਨਰ ਕੌਨਸ਼ੀਅਸਨੈਸ ਤੋਂ ਹਟ ਕੇ ਬਾਹਰ ਤੇ ਆ ਗਿਆ ਹੁਣ ਜਦੋਂ ਬਾਹਰ ਤੇ ਆ ਗਿਆ ਤਾਂ ਇਹ ਸਾਡੇ ਸਾਰੇ ਸੋਸ਼ਲ ਲੈਵਲ ਦੇ ਉੱਤੇ ਸਾਡੇ ਜਿਹੜੇ ਸੀਗੇ ਇਸ਼ੂਸ ਕ੍ਰੀਏਟ ਹੋਣੇ ਸ਼ੁਰੂ ਹੋ ਗਏ ਔਰ ਮੈਨੂੰ ਲੱਗਦਾ ਵੀ ਅਸੀਂ ਕਿਸੇ ਲੈਵਲ ਤੱਕ ਖੁਸ਼ਕਿਸਮਤ ਵੀ ਸੀਗੇ ਵੀ ਪੰਜਾਬ ਦੀ ਧਰਤੀ 'ਤੇ ਅਸੀਂ ਕੁਛ ਲੈਵਲ ਤੱਕ ਮੈਨੂੰ ਲੱਗਦਾ ਵੀ ਕੁਛ ਪੀਰੀਅਡ ਇੱਦਾਂ ਦਾ ਆਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਕਿ ਵੂਮੈਨ ਫੁੱਲੀ ਐਜੂਕੇਟਡ ਵੀ ਨੇ ਇਟ ਇਜ਼ ਆਲ ਬਿਕੋਜ਼ ਆਫ ਦੀ ਆਈ ਮੂਵਮੈਂਟ ਚੱਲੀ ਅੱਜ ਵੀ ਮੈਨੂੰ ਲੱਗਦਾ ਕਿ ਬਈ ਕਿਧਰੇ ਨਾ ਕਿਧਰੇ ਅਸੀਂ ਲੱਕੀ ਹਾਂ ਵੀ ਕੁਝ ਬੰਦਿਆਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਅਤੇ ਜਿੱਥੇ ਕਿ ਅੱਜ ਔਰਤ ਦਾ ਨਾਮ ਅਸੀਸ ਕੌਰ ਰੱਖਿਆ ਜਾ ਰਿਹਾ ਜਿੱਥੇ ਕਿ ਉਹਨੂੰ ਉਸ ਰਿਸਪੈਕਟ ਸ਼ਾਇਦ ਕੋਈ ਨਾ ਕੋਈ ਅਜੇ ਵੀ ਉਸ ਮਤ ਦੇ ਕਸਟੋਡੀਅਨ ਹੈਗੇ ਨੇ ਸਾਡੇ ਕੋਲ ਜਿਹੜੇ ਕਿ ਸਮਝ ਰਹੇ ਨੇ ਕਿ ਔਰਤ ਅੱਜ ਸਾਡੇ ਕੋਲ ਅਸੀਸ ਹੈ ਜੋ ਮੈਨੂੰ ਲੱਗਦਾ ਕਿ ਸ਼ਾਇਦ ਹੋਰ ਕਿਸੇ ਕਲਚਰ 'ਤੇ ਗੱਲ ਨਹੀਂ ਹੋਈ ਜਿੱਥੇ ਔਰਤ ਨੂੰ ਅੱਜ ਬਲੈਸਿੰਗ ਕਿਹਾ ਜਾ ਰਿਹਾ ਬਟ ਵੈਰੀ ਫਿਊ ਜਿਹਨਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ ਉਹ ਹੀ ਕਰ ਪਾ ਰਹੇ ਨੇ ਸੋ ਉਹ ਹੁਣ ਮੈਂ ਪੂਰੀ ਹਿਸਟਰੀ ਨਹੀਂ ਜਾਣਾ ਚਾਹੁੰਦਾ ਪਰ ਜੋ ਅੱਜ ਦਾ ਮੁੱਦਾ ਮਤਲਬ ਅੱਜ ਸੋਸਾਇਟੀ ਵੱਲ ਪਾਸੇ ਅਸੀਂ ਆਈਏ ਪਿਛਲੇ 30-40 ਸਾਲ 'ਚ ਮੈਨੂੰ ਲੱਗਦਾ ਕਿ ਅਸੀਂ ਵਾਪਸ ਉਹ ਡਾਊਨਫਾਲ ਵਾਲੇ ਪਾਸੇ ਚੱਲ ਪਿਆ ਸਾਡਾ ਜਿਹੜਾ ਅੱਜ ਸੋਸਾਇਟੀ ਔਰ ਸੋਸਾਇਟੀ ਬਾਅਦ ਦੀ ਗੱਲ ਹੈ ਮੇਰਾ ਐਜ਼ ਐਨ ਇੰਡੀਵਿਜੁਅਲ ਅਤੇ ਮੇਰਾ ਮੋਰਾਲਿਟੀ ਦਾ ਕੰਪਾਸ ਸੀਗਾ ਉਹਨਾਂ ਵੈਲਿਊਸ ਤੋਂ ਉਹਨਾਂ ਜਿਹੜੇ ਵਰਚੂਸ ਤੋਂ ਉਹ ਬੜੀ ਦੂਰ ਸ਼ਿਫਟ ਹੋਣਾ ਸ਼ੁਰੂ ਹੋ ਗਿਆ ਮੈਂ ਉਹਦੀ ਗੱਲ ਜਿਹੜੀ ਸੀ ਕਰਨੀ ਬੰਦ ਕਰ ਦਿੱਤੀ ਮੈਂ ਆਪਣੇ ਜੀਵਨ 'ਚੋਂ ਉਹ ਸਾਰੀ ਗੱਲ ਨੂੰ ਖਤਮ ਕਰਨਾ ਸ਼ੁਰੂ ਕਰਤਾ ਪਰ ਇਸ ਵਾਰੀ ਮੈਨੂੰ ਲੱਗਦਾ ਕਿ ਜਿਹੜਾ ਇਹ 30-40 ਸਾਲ 'ਚ ਸਾਡੇ ਅੰਦਰ ਜਿਹੜੀ ਗਿਰਾਵਟ ਆਈ ਹੈ ਇਹ ਸਿਰਫ ਇਹ ਗਿਰਾਵਟ ਨਹੀਂ ਆਈ ਕਿ ਅਸੀਂ ਉਹ ਵਾਲੇ ਵਾਪਸ ਜਿਹੜੇ ਨੋਰਮ ਸੀਗੇ ਜਿਹੜੇ ਰਿਚੁਅਲ ਸੀਗੇ ਡੋਰੀ ਵਾਲੇ ਫੀਮੇਲ ਇਨਫੈਂਟੀਸਾਈਡ ਵਾਲੇ ਜਾਂ ਹੋਰ ਦਲਿਤਾਂ ਨਾਲ ਜਿਹੜੇ ਸਾਡੇ ਉਹ ਸਾਰੇ ਸੀਗੇ ਸੋਸ਼ਲ ਇਸ਼ੂਸ ਅਸੀਂ ਉਹ ਹੀ ਨਹੀਂ ਕਰਨੇ ਸ਼ੁਰੂ ਕੀਤੇ ਦਿਸ ਟਾਈਮ ਵੀ ਬਿਕੇਮ ਵੈਰੀ 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 ਸਮਾਲ ਅਸੀਂ ਮੋਡਰਨਾਈਜੇਸ਼ਨ ਦੇ ਨਾਂ 'ਤੇ ਉੱਤੇ ਕਰਨਾ ਸ਼ੁਰੂ ਕਰਤਾ ਕਿ ਕੀ ਹੋ ਗਿਆ ਤੇਜ਼ੀ ਤਾਂ ਲੈ ਰਹੇ ਹਾਂ ਕੁੜੀ ਆਪਣੇ ਆਪਣੇ ਲੈ ਕੇ ਨਹੀਂ ਮੇਰੇ ਤਾਂ ਲੈ ਕੇ ਨਹੀਂ ਆ ਗਏ ਇਹ ਤਾਂ ਕੁੜੀ ਦਾ ਲਾਈਫ ਸਟਾਈਲ ਨਾਲ ਚੇਂਜ ਹੋ ਜਾਏ ਕੁੜੀ ਮਾਡਰਨ ਰਹੇ ਉਹਦੀ ਲੈ ਅਸੀਂ ਅਸੀਂ ਤਾਂ ਇੱਕ ਵਿਸ਼ਵਾਸ ਨਹੀਂ ਕਰਦੇ ਆਪਣੇ ਲਈ ਲੈ ਕੇ ਆਈ ਕਿਉਂਕਿ ਵੀ ਸਟਾਰਟਡ ਟੂ ਬਿਕਮ ਟੂ ਸਮਾਰਟ ਦੇਖੋ ਜੀ ਹੁਣ ਅਸੀਂ ਕੁੜੀ ਨੂੰ ਕਿਹੜਾ ਕੋਈ 2 ਸਾਲ ਦੇ ਮੁੰਡੇ ਤੋਂ ਬਾਅਦ ਮਾਰਿਆ ਹੁਣ ਤਾਂ ਇੱਕ ਉਹ ਟੈਸਟ ਕਰਾ ਲਿਆ ਸੀਗਾ ਉਹ ਡੋਟ ਹੀ ਹੁੰਦਾ ਛੋਟਾ ਜਿਹਾ ਖਤਮ ਕਰਤਾ ਕਿਉਂਕਿ ਵੀ ਬਿਕੇਮ ਟੂ ਸਮਾਰਟ ਮਾਡਰਨਾਈਜੇਸ਼ਨ ਦੇਖੋ ਟੈਕਨੋਲੋਜੀ ਹੈ ਸੀ ਉਹ ਤਾਂ ਉਸ ਵੇਲੇ ਪਤਾ ਕਰਦਾ ਸੀ ਆਤਮਾ ਨਹੀਂ ਆਈ ਹੁੰਦੀ ਸਰੀਰ ਦੇ ਵਿੱਚ ਅਜੇ ਇਹ ਕੋਈ ਪਾਪ ਨਹੀਂ ਹੋਇਆ ਵੈਸੇ 2 ਮਿੰਟ ਦਾ ਹੀ ਪ੍ਰੋਸੈਸ ਹੁੰਦਾ ਜੀ ਜੇ ਔਰਤ ਦੀ ਬੋਡੀ ਨੂੰ ਝੇਲਣਾ ਵੀ ਪੈ ਗਿਆ ਤਾਂ ਕੀ ਹੋ ਗਿਆ 10 ਦਿਨ ਬਾਅਦ ਠੀਕ ਹੋ ਜਾਂਦਾ ਅਸੀਂ ਆਪਣੇ ਆਪ ਨੂੰ ਕਨਵਿੰਸ ਕਰਨ ਲਈ ਮਾਡਰਨਾਈਜੇਸ਼ਨ ਕੈਪੀਟਲਿਜ਼ਮ ਅਸੀਂ ਆਪਣੇ ਆਪ ਨੂੰ ਇਸ ਰੈਪਰ ਦੇ ਵਿੱਚ ਬੰਨ ਲਿਆ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿਉ ਇਹ ਸਾਰੀ ਗੱਲਾਂ ਦਾ ਬਿਕੋਜ਼ ਵੀ ਆਰ ਵੇਅਰ ਵੀ ਵਰ ਇਨਫੈਕਟ ਵਰਸ ਦੈਨ ਵੇਅਰ ਵੀ ਵਰ ਇਹਦਾ ਜਿਹੜੇ ਡੀਮ ਵੀਕਰ ਸੈਕਸ਼ਨ ਤੋਂ ਸੋਸਾਇਟੀ ਮੈਂ ਨਹੀਂ ਸਮਝਦਾ ਕੋਈ ਵੀਕਰ ਸੈਕਸ਼ਨ ਹੈਗਾ ਸੋਸਾਇਟੀ ਦਾ ਪਰ ਜਿਨ੍ਹਾਂ ਨੂੰ ਅਸੀਂ ਟ੍ਰੈਡੀਸ਼ਨਲੀ ਮੰਨਦੇ ਹਾਂ ਉਹਨਾਂ ਦੇ ਉੱਤੇ ਬਹੁਤ ਵੱਡਾ ਇੰਪੈਕਟ ਹੋਇਆ ਅਤੇ ਆਈ ਬਿਲੀਵ ਪਰਸਨਲੀ ਵੀ ਔਰਤ 'ਤੇ ਇਹਦਾ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਪਰ ਅਸੀਂ ਸ਼ਾਇਦ ਇਹਨੂੰ ਸਮਝ ਨਹੀਂ ਪਾ ਅਸੀਂ ਇਹਦੀ ਗੱਲ ਨਹੀਂ ਕਰਨਾ ਚਾਹੁੰਦੇ ਇੱਕ ਹੋਰ ਸਭ ਤੋਂ ਵੱਡਾ ਫਰਕ ਜੋ ਮੈਨੂੰ ਲੱਗਦਾ ਮੇਰੀ ਜਨਰੇਸ਼ਨ 'ਚ ਆਉਣਾ ਸ਼ੁਰੂ ਹੋਇਆ ਅਸੀਂ ਉਹਨਾਂ ਨਾਲ ਸਪਿਰਚੁਅਲ ਵੈਲੀ ਅਸੀਂ ਗੱਲ ਹੀ ਕਰਨੀ ਮੰਨ ਕਰ ਅਸੀਂ ਉਹਨੂੰ ਖਾ ਗਏ ਅਸੀਂ ਉਹਨੂੰ ਛੁਪਾ ਲਿਆ ਸਾਡੀ ਪਿਛਲੀ ਜਨਰੇਸ਼ਨ ਕਰਦੀ ਸੀ ਮੈਨੂੰ ਪਤਾ ਨਹੀਂ ਉਹ ਗੱਲਾਂ ਕੀ ਮੈਂ ਕੱਲ੍ਹ ਜਿਹੜੀ ਇੱਥੇ ਆਡੀਅੰਸ ਬੈਠੀ ਹੈ ਇਹਨਾਂ ਲਈ ਕੋਈ ਗੱਲਾਂ ਨਵੀਆਂ ਨਹੀਂ ਨੇ ਮੈਂ ਆਪਣੇ ਪਿਓ ਨੂੰ ਆਪਣੇ ਦਾਦਿਆਂ ਨੂੰ ਗੱਲਾਂ ਕਰਦੇ ਸੁਣਿਆ ਪਰ ਮੇਰੀ ਪ੍ਰੋਬਲਮ ਇਹ ਹੋ ਗਈ ਕਿ ਮੇਰਾ ਜੀਵਨ ਉਸ ਤੋਂ ਬਹੁਤ ਦੂਰ ਚਲਾ ਗਿਆ ਹੁਣ ਜੇ ਮੈਂ ਉਹਦੀ ਗੱਲ ਕਰਦਾ ਮੇਰਾ ਬੱਚਾ ਮੈਨੂੰ ਸਵਾਲ ਪੁੱਛਦਾ ਕਿ ਪਾਪਾ ਤੁਹਾਡਾ ਜੀਵਨ ਦੇ ਉੱਤੇ ਖੜਾ ਹੀ ਨਹੀਂ ਹੋਇਆ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਸੋ ਮੇਰੇ ਕੋਲ ਇੱਕ ਆਪਸ਼ਨ ਰਹਿ ਗਈ ਕਿ ਮੈਂ ਇਸ ਗੱਲ ਨੂੰ ਬੰਦ ਕਰਤਾ ਮੈਂ ਇਹ ਵੈਲਿਊਜ਼ ਦੀ ਇਹ ਵਰਚੂਜ ਦੀ ਜਿਹੜੇ ਕਿ ਅਸੀਂ ਇੰਨੇ ਰਿਚ ਕਲਚਰ ਤੋਂ ਆਏ ਸੀਗੇ
ਕਲਚਰ ਕੋਈ ਮਾੜਾ ਨਹੀਂ, ਪਰ ਜਿਹਦੇ ਅਸੀਂ ਵਾਰਸ ਸੀਗੇ ਅਸੀਂ ਉਹਦੀ ਗੱਲ ਕਰਨੀ ਬਿਲਕੁਲ ਬੰਦ ਕਰਤੀ। ਮੇਰਾ ਓਬਜੈਕਟਿਵ ਕੀ ਬਣ ਗਿਆ, ਆਪਣੇ ਬੱਚੇ ਨੂੰ ਕੇਵਲ ਅਤੇ ਕੇਵਲ ਉਹ ਨੌਲੇਜ ਦੇਣੀ ਹੈ ਜਿਹੜੀ ਉਹਨੂੰ ਡੋਲਰ ਕਮਾ ਕੇ ਦੇ। ਸਾਰੀ ਐਜੂਕੇਸ਼ਨ ਸਿਸਟਮ ਦਾ ਕੇਵਲ ਅਤੇ ਕੇਵਲ ਯੂਨੀ ਡਿਮੈਂਸ਼ਨਲ ਪਰਪਸ ਰਹੇਗਾ, ਸਿੰਗਲ ਪਰਪਸ ਰਹੇਗਾ ਕਿ ਵੀ ਕਿਸੇ ਤਰੀਕੇ ਨਾਲ ਅਸੀਂ ਪੈਸੇ ਕਮਾ ਲਈਏ। ਅਗਲੀ ਸਲਾਈਡ 'ਚ ਗੱਲ ਕਰਾਂਗੇ ਵੀ ਪ੍ਰੋਬਲਮ ਕੀ ਬਣਦੀ, ਕਿਉਂਕਿ ਹੁਣ ਮੇਰਾ ਜਿਹੜਾ ਥੋਟ ਹੈ ਉਹ ਸਿਰਫ ਪੈਸੇ 'ਤੇ ਖੜਾ ਹੋ ਗਿਆ। ਮੈਂ ਹਰ ਚੀਜ਼ ਨੂੰ ਪੈਸੇ ਨਾਲ ਤੋਲਣਾ ਸ਼ੁਰੂ ਕਰਤਾ, ਕਿਉਂਕਿ ਬੱਚੇ ਨੂੰ ਕੋਈ ਥੋਟ ਹੀ ਨਹੀਂ ਦੇ ਰਹੇ। 24/7 ਸਾਡੇ ਘਰ ਵਿੱਚ ਗੱਲ ਹੀ ਹੋ ਰਹੀ, ਸਾਡੇ ਕਲਚਰ 'ਚ ਗੱਲ ਹੀ ਇਸ ਚੀਜ਼ ਦੀ ਆ ਚੁੱਕੀ, ਕਿਉਂਕਿ ਹੁਣ ਮੇਰਾ ਮੋਡ ਆਫ ਕਰੰਸੀ ਜਿਹੜਾ, ਮੇਰਾ ਕਰੰਸੀ ਆਫ ਓਪਰੇਸ਼ਨ ਜਿਹੜੀ ਉਹ ਪੈਸਾ ਬਣ ਚੁੱਕਾ, ਵਰਤੋਂ ਖਤਮ ਹੋ ਗਈ। ਜਿੱਥੋਂ ਅਸੀਂ ਸ਼ੁਰੂ ਹੋਏ ਸੀ 4-5 ਸਾਲ ਪਹਿਲੇ, ਵੀ ਜਿਹੜਾ ਮੇਰਾ ਮੋਡ ਆਫ ਓਪਰੇਸ਼ਨ ਹੈ, ਜਿਹੜੀ ਮੇਰੀ ਟ੍ਰਾਂਜੈਕਸ਼ਨ ਕਰੰਸੀ ਹੈ, ਇਟ ਹੈਜ਼ ਟੂ ਬੀ ਵਰਚੂਸ, ਮੈਂ ਉਹ ਖਤਮ ਕਰਤੀ, ਕਿਉਂਕਿ ਹੁਣ ਅਗਲੀ ਜਨਰੇਸ਼ਨ ਨੂੰ ਉਹਦੀ ਗੱਲ ਕਰਨੀ ਬੰਦ ਕਰਤੀ, ਕਿਉਂਕਿ ਕੇਵਲ ਅਤੇ ਕੇਵਲ ਡੋਲਰ ਦੀ ਗੱਲ ਹੋਈ। ਅਸੀਂ ਬੈਟਰੀ ਮੰਦਰ ਕੀ ਬਣਾਉਣੇ ਸੀ, ਅਸੀਂ ਹਿਊਮਨ ਦੀ ਗੱਲ ਕਰਨੀ ਬੰਦ ਕਰਤੀ। ਜੇ ਮੈਂ ਆਪਣੇ ਚਾਤ ਮਾਰ ਕੇ ਦੇਖਾਂ ਤਾਂ ਮੈਂ ਵਾਪਸ ਜਸਟ ਲਾਈਕ ਐਨੀਮਲ, ਈਵਨ ਵਰਸ, ਉਹ ਸ਼ਾਇਦ ਅਸੀਂ ਨੈਕਸਟ ਸਲਾਈਡ 'ਤੇ ਗੱਲ ਕਰਾਂਗੇ, ਮੈਂ ਵਰਸ ਹੋ ਗਿਆ। ਰੋਟੀ ਉਹ ਵੀ ਖਾ ਰਹੇ ਸੀ, ਰੋਟੀ ਉਹ ਵੀ ਕਮਾ ਰਹੇ ਸੀ, ਘਰ ਉਹ ਵੀ ਬਣਾ ਰਹੇ ਸੀ, ਘਰ ਮੈਂ ਵੀ ਬਣਾ ਰਿਹਾ, ਪਰ ਉਹ ਪ੍ਰੋਣਤਾ ਨਹੀਂ ਸੀ ਕਰ ਰਹੇ, ਮੈਂ ਕਰ ਰਿਹਾ। ਅਸੀਂ ਬੈਟਰ ਹਿਊਮਨ ਦਾ ਕੀ ਬਣਨਾ ਸੀ, ਅਸੀਂ ਹਿਊਮਨ ਦੇ ਲੈਵਲਸ ਤੋਂ ਵਰਸ ਹੋਣੇ ਸ਼ੁਰੂ ਹੋ ਗਏ, ਜਸਟ ਬਿਕੋਜ਼ ਕਿ ਜਿਹੜੀ ਗੱਲ ਮੈਨੂੰ ਹਿਊਮਨ ਬਣਾਉਂਦੀ ਸੀਗੀ, ਮੈਂ ਉਹਦੀ ਗੱਲ ਜਿਹੜੀ ਸੀ ਟੋਟਲੀ ਬੰਦ ਕਰਤੀ। ਅਤੇ ਜਦੋਂ ਇਹਨਾਂ ਚੀਜ਼ਾਂ ਦਾ ਕੋਂਬੀਨੇਸ਼ਨ ਮੈਂ ਸਾਨੂੰ ਜਦੋਂ ਇਹ ਕ੍ਰੀਏਟ ਕੀਤਾ ਸੀ, ਜਿੱਥੇ ਅਸੀਂ ਮੋਡਰਨਾਈਜੇਸ਼ਨ ਦੇ ਨਾਂ ਦੇ ਉੱਤੇ ਆਪਣੀ ਵੈਲਿਊਸ 'ਚ ਪਾਈਆਂ, ਜਦੋਂ ਆਪਣੇ ਬੱਚਿਆਂ ਨੂੰ ਇਸ ਗੱਲ ਤੋਂ ਜਾਣੂ ਨਹੀਂ ਕਰਾਇਆ, ਇਹਨਾਂ ਦੇ ਅੰਦਰ ਅਸੀਂ ਵੈਲਿਊਸ ਪਾਉਣੀਆਂ ਬੰਦ ਕਰਤੀਆਂ, ਘਰ ਦੇ ਐਕਟਿਵ ਡਿਸਕਸ਼ਨ ਦਾ ਪਾਰਟ ਨਹੀਂ ਰਹੀਆਂ, ਮੈਂ ਲੱਗਦਾ ਵੀ ਇਹਦਾ ਸਭ ਤੋਂ ਵੱਡਾ ਇੰਪੈਕਟ ਇਹ ਹੋਇਆ ਕਿਉਂਕਿ ਅਸੀਂ ਹਰ ਚੀਜ਼ ਨੂੰ ਕੁਆਂਟੀਫਾਈ ਕਰਨਾ ਸ਼ੁਰੂ ਕਰਤਾ। ਔਰਤ ਦਾ ਰੋਲ ਸੀਗਾ ਉਹ ਬੜਾ ਕੁਆਲੀਟੇਟਿਵ ਰੋਲ ਸੀਗਾ ਇਸ ਦੁਨੀਆ ਦੇ ਵਿੱਚ, ਜਦੋਂ ਪਹਿਲੇ ਇੱਥੋਂ ਸ਼ੁਰੂ ਹੋਇਆ ਕਿ ਬਈ ਮੈਂ ਦਿਮਾਗ ਤੋਂ ਸੋਚ ਰਿਹਾ ਤਾਂ ਮੇਰਾ ਔਰਤ ਜਿਹੜੀ ਉਹ ਦਿਲੋਂ ਸੋਚ ਰਹੀ, ਦਿਲ ਦੀ ਅਸੀਂ ਕੀਮਤ ਹੀ ਖਤਮ ਕਰਤੀ, ਦਿਲ ਦੀ ਅਸੀਂ ਗੱਲ ਹੀ ਬੰਦ ਕਰਤੀ। ਉਹਦੀ ਕਿੱਡੀ ਵੱਡੀ ਦੇਣ ਹੈ, ਉਹ ਸੋਸਾਇਟੀ ਨੂੰ ਨਰਚਰ ਕਰ ਰਹੀ ਹੈ, ਉਹਨੇ ਮੇਰੇ ਵਰਗੇ ਕਿੰਨੇ ਅਤੇ ਉਹਨੇ ਆਨੰਦ ਵਰਗਿਆਂ ਨੂੰ ਵੀ ਪੈਦਾ ਕੀਤਾ, ਮੈਂ ਤਾਂ ਕਿਸੇ ਹਸਤੀ ਚਾਹੁੰਦਾ ਹੀ ਨਹੀਂ, ਉਹਨੇ ਬੁੱਧਾ ਵਰਗੇ ਵੀ ਪਾਲੇ, ਆਹ ਜਿਹੜਾ ਬੰਦਾ ਪ੍ਰਧਾਨ ਮੰਤਰੀ ਬਣਿਆ ਬੈਠਾ ਉਹਨੂੰ ਵੀ ਉਹਨੇ ਪਾਲਿਆ ਹੋਣਾ, ਮਾਂ ਨੇ ਕਿਸੇ, ਪਰ ਅਸੀਂ ਉਹਦੇ ਕੰਟਰੀਬਿਊਸ਼ਨ ਦੀ ਗੱਲ ਹੀ ਬੰਦ ਕਰਤੀ ਕਿਉਂਕਿ ਉਹ ਕੁਆਂਟੀਫਾਈਬਲ ਨਹੀਂ ਹੈਗੀ ਡੋਲਰ ਦੇ ਵਿੱਚ। ਸੋ ਉਹ ਜਿਹੜਾ ਸੀਗਾ ਇੱਕ ਔਰਤ ਦੀ ਜਿਹੜੀ ਆਈ ਬਿਲੀਵ ਜਿਹੜੀ ਉਹਦੀ ਇੱਕ ਰੀਅਲ ਵੈਲਿਊ ਸੀ ਸੋਸਾਇਟੀ ਦੇ ਵਿੱਚ, ਅਸੀਂ ਉਹਨੂੰ ਬੰਦ ਕਰਤਾ ਜਾਂ ਉਹਨੂੰ ਦੇਖਣਾ ਬੰਦ ਕਰਤਾ, ਸਾਡੇ ਕੋਲ ਸਮਝਣ ਵਿੱਚ ਅੱਖ ਨਹੀਂ ਰਹੇਗੀ, ਅਤੇ ਹੁਣ ਅਸੀਂ ਵਾਪਸ ਉਹਨੂੰ ਲਾਇਬਿਲਿਟੀ ਸਮਝ ਲਿਆ ਕਿਉਂਕਿ ਅਸੀਂ ਹੁਣ ਡੋਲਰ 'ਚ ਸਾਰੀ ਗੱਲ ਕਰਨੀ ਸ਼ੁਰੂ ਕਰਤੀ, ਪੈਸੇ 'ਚ ਸਾਰੀ ਗੱਲ ਤੋਰਨੀ ਸ਼ੁਰੂ ਕਰਤੀ, ਅਤੇ ਉਹ ਜਦੋਂ ਲਾਇਬਿਲਿਟੀ ਬਣ ਗਈ, ਹੁਣ ਮੈਨੂੰ ਵਾਪਸ ਸੇਮ ਉੱਥੇ ਪਹੁੰਚ ਗਿਆ ਮੈਂ ਕਿ ਮੈਂ ਜੋਤ ਦੀ ਵਰਤੋਂ ਦੀ ਗੱਲ ਕਰਨੀ ਬੰਦ ਕਰਕੇ, ਅਤੇ ਮੈਂ ਹੁਣ ਉੱਥੇ ਪਹੁੰਚ ਗਿਆ ਕਿ ਮੈਂ ਔਰਤ ਨੂੰ ਐਗਜ਼ਿਸਟੈਂਸ ਆਉਣੀ ਨਹੀਂ ਦਿੰਦਾ। ਔਰ ਇਹ ਸਾਡੀ ਤਰਫ ਦੀ ਕਿੱਡੀ ਵੱਡੀ ਪ੍ਰੋਬਲਮ ਬਣ ਚੁੱਕੀ ਹੈ, ਪਰ ਅਸੀਂ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੇ, ਪਰ ਮੇਰੀ ਫਿਰ ਵੀ ਟੋਪਿਕ ਜਿਹੜਾ ਓਵਰਆਲ ਵੂਮੈਨ ਡਿਸਕ੍ਰੀਮੀਨੇਸ਼ਨ ਨਾਲ ਹੈ ਕਿ ਉਹਨੂੰ ਅਸੀਂ ਫਿਰ ਵੀ ਕਿਸੇ ਗੱਲ ਦੀ ਇਜਾਜ਼ਤ ਦੇਣ ਤੋਂ ਅਸੀਂ ਮਨੁੱਖ ਕਰ ਰਹੇ ਹਾਂ, ਅਤੇ ਜਿਹੜੀਆਂ ਅਗਰ ਹੋਣ ਦੇ ਚਾਹ ਵੀ ਗਈਆਂ ਉਹਨਾਂ ਨਾਲ ਅਸੀਂ ਵਾਪਸ ਉੱਥੇ ਪਹੁੰਚ ਗਏ, ਉਹਨਾਂ ਨੂੰ ਅਸੀਂ ਫਿਰ ਵਾਪਸ ਸੋਸ਼ਲ ਇਕਨੋਮਿਕਲ ਪੋਲੀਟੀਕਲ ਪਰਸਨਲ ਚੋਇਸਿਸ ਤੋਂ ਅਸੀਂ ਉਹਨਾਂ ਨੂੰ ਫਿਰ ਡਿਪਰਾਈਵ ਕੀਤਾ ਹੋਇਆ। ਮੈਨੂੰ ਭਾਵੇਂ ਲੱਗ ਰਿਹਾ ਕਿ ਮੈਂ ਦੇ ਰਿਹਾ ਸਾਰੇ ਰਾਈਟਸ, ਪਰ ਉਹਨੂੰ ਬਿਲਕੁਲ ਆਪਣੇ ਅੰਦਰ ਡੀਪਲੀ ਬਹਿ ਕੇ ਸੋਚਾਂਗਾ ਨਾ, ਦੈਨ ਆਈ ਵਿਲ ਸਟਾਰਟ ਟੂ ਰਿਅਲਾਈਜ਼ ਕਿ ਮੈਂ ਨਹੀਂ ਦੇ ਰਿਹਾ, ਜਿਹੜੀ ਇੰਡੀਪੈਂਡੈਂਸ ਮੈਂ ਚਾਹੁੰਦਾ ਐਜ਼ ਅ ਮੇਲ ਮੈਂ ਨਹੀਂ ਦੇ ਪਾਉਂਦਾ ਫੀਮੇਲ। ਕਹਿਣ ਨੂੰ ਮੈਂ ਅਗੇਨ ਦਿਖਾ ਰਿਹਾ ਕਿ ਦੇਖੋ ਜੀ ਮੇਰੀ ਵਾਈਫ ਜੋਬ ਵੀ ਕਰ ਰਹੀ ਹੈ, ਮੇਰੇ ਬੱਚੇ ਜਾ ਵੀ ਰਹੇ ਨੇ ਸਕੂਲਾਂ 'ਚ, ਮੇਰੀ ਕੁੜੀਆਂ ਇੱਥੇ ਵੀ ਕਰ ਰਹੀਆਂ, ਬਟ ਮੈਨੂੰ ਵੀ ਪਤਾ ਕਿਧਰੇ ਨਾ ਕਿਧਰੇ ਅੰਦਰ ਕਿ ਨਹੀਂ, ਜਿਹੜੀ ਇੰਡੀਪੈਂਡੈਂਸ ਮੈਂ ਚਾਹ ਰਿਹਾ ਸੇਮ ਇੰਡੀਪੈਂਡੈਂਸ ਮੈਂ ਨਹੀਂ ਦੇ ਰਿਹਾ। ਅਤੇ ਇੱਥੇ ਇੱਕ ਛੋਟਾ ਐਗਜ਼ਾਮਪਲ ਹੈ ਮੇਰੇ ਕੋਲ ਆਪਣੇ ਫਰੈਂਡ ਦਾ, ਉਹ ਸ਼ਾਇਦ ਇਸ ਗੱਲ ਨੂੰ ਮੰਨਦਾ ਸੀ ਸਰੀਰ ਸਰੀਰ ਹੈ ਜਿਹੜਾ ਮਰਜ਼ੀ ਸੀ ਸਾਡੇ ਘਰ ਆ ਇੱਕ ਦਿਨ ਮੈਂ ਜਦੋਂ ਉਹਦੇ ਘਰ ਪਹੁੰਚਾਉਣਾ ਸੀ, ਪਰ ਉਹਦੀ ਬੜੀ ਜਲਦੀ ਖਾਹਿਸ਼ ਸੀਗੀ ਕਿ ਉਹਦੇ ਘਰ ਕੁੜੀ ਹੋਵੇ। ਉਹਨੇ ਗੁਰਦੁਆਰੇ ਭਾਈ ਸਾਹਿਬ ਨੂੰ ਜਾ ਕੇ ਅਰਦਾਸ ਕਰਾਈ, ਇੱਥੇ ਨਹੀਂ ਇੰਡੀਆ ਦੀ ਗੱਲ ਹੈ ਪਰ ਮੁੰਡਾ ਆਸਟ੍ਰੇਲੀਆ ਦਾ, ਹੁਣ ਉੱਥੇ ਤਾਂ ਅਰਦਾਸ ਬੜੀ ਚੱਲ ਰਹੀ ਹੁੰਦੀ, ਉਹਨੇ ਭਾਈ ਸਾਹਿਬ ਨੂੰ ਅਰਦਾਸ ਲਈ ਲਿਖ ਦਿੱਤਾ ਕਿ ਵੀ ਤੁਸੀਂ ਕੁੜੀ 'ਚ ਅਰਦਾਸ ਕਰ ਦਿਓ। ਉਹ ਭਾਈ ਸਾਹਿਬ ਨੇ ਪੜ੍ਹਿਆ ਪਹਿਲੇ ਪਰਚੀ, ਉਹਨਾਂ ਦੀ ਆਦਤ ਹੁੰਦੀ ਵੀ ਜਦੋਂ ਅਰਦਾਸ ਸ਼ੁਰੂ ਕਰ ਲੈਂਦੇ ਨੇ ਪੜ੍ਹੀ ਜਾਂਦੇ ਨੇ, ਹੁਣ ਭਾਈ ਸਾਹਿਬ ਨੇ ਅਰਦਾਸ ਸ਼ੁਰੂ ਕਰ ਲਈ,
ਹਰ ਕਿਸੇ ਨੂੰ ਉੱਥੇ ਪਹੁੰਚ ਜਦੋਂ ਲੱਗਿਆ ਵੀ ਇੱਥੇ ਥੋੜ੍ਹੀ ਦੇਰ ਅਰਦਾਸ ਕਰਾਈ ਜਾਂਦੀ ਉੱਥੇ ਰੁਕ ਗਏ ਰੁਕ ਗਿਆ ਭਾਈ ਸਾਹਿਬ ਅਰਦਾਸ ਕਹਿੰਦਾ ਤੁਸੀਂ ਠੀਕ ਮੰਗ ਰਹੇ ਮੈਨੂੰ ਪੜਚ ਗਲਤ ਕਹਿਣ ਲੱਗ ਗਈ ਹੁਣ ਗੱਲ ਇਹ ਨਹੀਂ ਹੈਗੀ ਕਿ ਉਹ ਇੱਕ ਕਿਸਮ ਦੇ ਕਸਟੋਡੀਅਨ ਨੇ ਸਾਡੇ ਭਾਈ ਸਾਹਿਬ ਉਸ ਵਿਚਾਰਧਾਰਾ ਦੇ ਉਹਦੇ ਚੋਂ ਵੀ ਕਿੰਨੇ ਰਹਿ ਰਹੇ ਗੱਲ ਇਹ ਸੀ ਕਿ ਮੈਂ ਉਹਨੂੰ ਅਡੋਪਟ ਕੀਤਾ ਕਿ ਨਹੀਂ ਅਸੀਂ ਅੱਜ ਵੀ ਉਹਦੀ ਅਡੋਪਸ਼ਨ ਤੋਂ ਮੁਨਕਰ 'ਚ ਖੜੇ ਪਰ ਆਈ ਫੀਲ ਲੱਕੀ ਮਤਲਬ ਭਾਵੇਂ ਮੇਰਾ ਪਰਸਨਲ ਐਗਜ਼ਾਮਪਲ ਹੈ ਵੀ ਮੇਰੇ ਪਿਤਾ ਜੀ ਕੁਝ ਬੰਦੇ ਇੱਥੇ ਹੈਗੇ ਨੇ ਜਾਣਦੇ ਨੇ ਸਾਡੇ ਪਿਤਾ ਜੀ ਨੂੰ ਹੁਣ ਨਹੀਂ ਨੇ ਦੁਨੀਆਂ 'ਚ ਮੈਂ ਉਹਨਾਂ ਨੂੰ ਕਦੀ ਕਿਸੇ ਔਰਤ ਨੂੰ ਨਾਂ ਤਾਂ ਲੈਂਦੇ ਨਹੀਂ ਸੁਣਿਆ ਸੀ ਈਵਨ ਉਹ ਮੇਰੀ ਮਦਰ ਨੂੰ ਮਦਰ ਦਾ ਨਾਂ ਲੈ ਕੇ ਫਿਰ ਜੀ ਬੋਲਦੇ ਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੀ ਟ੍ਰੈਡੀਸ਼ਨ ਨੇ ਵੀ ਅਸੀਂ ਇਹਨਾਂ ਵੈਲਿਊਜ਼ ਨੂੰ ਕੈਰੀ ਕਰਦੇ ਅਤੇ ਜਦੋਂ ਉਹਨਾਂ ਨੂੰ ਉਹ ਕਰਦੇ ਦੇਖਿਆ ਤਾਂ ਇਟ ਵਾਜ਼ ਵੈਰੀ ਨੈਚੁਰਲ ਫੋਰ ਮੀ ਕਿ ਮੈਂ ਆਪਣੀ ਵਾਈਫ ਨੂੰ ਨਾਂ ਤਾਂ ਬੁਲਾ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਸਾਨੂੰ ਉਹਦੀ ਕੁਆਂਟੀਫਾਈਬਲ ਵੈਲਿਊ ਤੋਂ ਤੋੜ ਕੇ ਕੁਆਲੀਟੇਬਲ ਕੁਆਲੀਟੇਟਿਵ ਵੈਲਿਊ ਵੱਲ ਜੋੜਿਆ ਕਿ ਵੀ ਉਹਦੀ ਇੱਡੀ ਵੱਡੀ ਵੈਲਿਊ ਹੈ ਸਾਡੇ ਸਮਾਜ ਦੇ ਵਿੱਚ ਪਰ ਅਸੀਂ ਕਿਉਂਕਿ ਉਹਨਾਂ ਵੈਲਿਊਜ਼ ਨੂੰ ਭੁੱਲ ਚੁੱਕੇ ਹਾਂ ਆਈ ਬਿਲੀਵ ਕਿ ਇਹ ਹੁਣ ਸਾਨੂੰ ਬੜੇ ਨੀਵੇਂ ਲੈਵਲ 'ਤੇ ਲਿਆ ਆਇਆ ਅਤੇ ਆਈ ਪਰਸਨਲੀ ਬਿਲੀਵ ਕਿ ਜਿਹੜੇ ਜਾਨਵਰ ਵੀ ਨੇ ਉਹ ਸ਼ਾਇਦ ਸਾਡੇ 'ਤੇ ਕਦੀ ਮੁਕੱਦਮਾ ਠੋਕ ਸਕਦੇ ਨੇ ਵੀ ਗੁਰਬਾਣੀ 'ਚ ਲਿਖਿਆ ਕਰਤੂਤ ਪਸ਼ੂ ਵੀ ਮਾਨਸ ਜਾਤ ਵੀ ਜਿਵੇਂ ਤਾਂ ਕਹਿਣ ਬੰਦਾ ਮੇਰੇ ਜਿਹੜੇ ਹਰਕਤਾਂ ਨੇ ਉਹ ਜਾਨਵਰਾਂ ਵਾਲੀਆਂ ਨੇ ਬਟ ਆਈ ਬਿਲੀਵ ਵੀ ਜਾਨਵਰਾਂ ਨੂੰ ਪਤਾ ਲੱਗਦਾ ਜੇ ਉਹ ਬੋਲਣਾ ਜਾਣਦੇ ਹੋਣ ਸਾਨੂੰ ਇਸ਼ੂ ਕਰ ਦੇਣਗੇ ਕਿ ਸਾਡੀ ਹਰਕਤਾਂ ਜਾਨਵਰਾਂ ਤੋਂ ਗਲਤ ਨਹੀਂ ਉਹ ਕਹਿਣਗੇ ਕਿ ਸਾਨੂੰ ਤੁਸੀਂ ਇਨਸਾਨਾਂ ਨੂੰ ਕਿਉਂ ਕੰਪੇਅਰ ਕਰ ਰਹੇ ਹੋ ਜਾਨਵਰ ਜਿਹੜੇ ਨੇ ਉਹ ਪਰਮੇਸ਼ਰ ਦੇ ਹੁਕਮ 'ਚ ਜ਼ਿਆਦਾ ਨੇ ਉਹਨਾਂ ਨੂੰ ਸਮਝ ਆ ਰਿਹਾ ਕਿ ਮੇਲ ਫੀਮੇਲ ਦੋਨੋਂ ਦੀ ਲੋੜ ਆ ਮੈਨੂੰ ਆਪਣੀ ਸਪੀਸ਼ੀਜ਼ ਚਲਾਉਣ ਦੀ ਅਸੀਂ ਅੱਜ ਗੱਲ ਭੁੱਲ ਚੁੱਕੇ ਮਤਲਬ ਇੱਕ ਹੁੰਦਾ ਕਿ ਬੜੀ ਕੋਈ ਮੈਟਾਫਿਜ਼ੀਕਲ ਗੱਲ ਹੋਈ ਬੜੀ ਸਪਿਰਚੁਅਲ ਗੱਲ ਹੋਈ ਜਿਹੜੀ ਸਾਨੂੰ ਸਮਝ ਨਾ ਆ ਰਹੀ ਇਟਸ ਅ ਫਿਜ਼ੀਕਲ ਥਿੰਗ ਮੈਂ ਆਪਣੀ ਮਾਂ ਤੋਂ ਨਿਕਲਿਆ ਮੈਂ ਉਹਦੇ ਕੁੱਖ 'ਚੋਂ ਜੰਮਿਆ ਉਹਨੇ ਮੇਰੀ ਕੇਅਰ ਕੀਤੀ ਹੈ ਬਿਨਾਂ ਮਾਂ ਤੋਂ ਮੈਂ ਵੀ ਨਹੀਂ ਸੀ ਹੋ ਸਕਦਾ ਮੈਨੂੰ ਕਹਿੰਦੇ ਬੜੀ ਹੈਰਾਨੀ ਹੁੰਦੀ ਜਦੋਂ ਇਹ ਨਾਰਾ ਲਾ ਕਹਿੰਦਾ ਵੀ ਔਰਤਾਂ ਨੂੰ ਬਰਾਬਰਤਾ ਬਖਸ਼ੋ ਮੈਂ ਤਾਂ ਕਹਿੰਦਾ ਔਰਤਾਂ ਵੈਸੇ ਛੱਡ ਤੋਕੇ ਸੀਗੀਆਂ ਬਰਾਬਰਤਾ ਕਹਿੰਦੇ ਥੱਲੇ ਲਿਆ ਉਹਨਾਂ ਬਟ ਇਟ ਵਾਜ਼ ਵੈਰੀ ਸਮਾਰਟ ਵੇ ਟੂ ਡੂ ਇਟ ਜਿਹੜਾ ਹੈ ਛੱਡ ਤੋਂ ਉੱਚਾ ਜਿਹੜਾ ਹੈ ਛੱਡ ਤੋਂ ਬੈਟਰ ਹੈ ਅੱਜ ਜੋ ਮਰਦ ਕਰਦਾ ਉਹ ਤਾਂ ਔਰਤ ਕਰ ਹੀ ਪਾ ਰਹੀ ਉਹ ਵੀ ਆਪਣੇ ਉਡਾ ਪਾ ਰਹੀ ਹੈ ਉਹ ਵੀ ਆਦਮੀ 'ਚ ਹੈਗੀ ਹੈ ਉਹ ਵੀ ਵੱਡੇ ਤੋਂ ਵੱਡੇ ਕੰਮ ਕਰ ਪਾ ਰਹੀ ਮਰਦ ਤਾਂ ਬੱਚਾ ਪਹਿਲਾਂ ਨਹੀਂ ਕਰ ਪਾ ਰਿਹਾ ਪਰ ਅਸੀਂ ਕੀ ਕੀਤਾ ਅਸੀਂ ਤਾਂ ਨਾਰੇ ਲਾ ਕੇ ਸੁਸਾਇਟੀ ਨੇ ਬੜੀ ਸਮਾਰਟਲੀ ਕਿ ਔਰਤ ਨੂੰ ਬਰਾਬਰ ਲਿਆ ਜਿਹੜੀ ਵੈਸੇ ਉੱਚੀ ਸੀ ਸਾਡੇ ਕੋਲ ਜਿਹਦੇ ਕੋਲ ਇਮੋਸ਼ਨਲ ਵੈਲਿਊ ਇੰਨੀ ਹਾਈ ਸੀਗੀਆਂ ਜਿਹਦੇ ਕੋਲ ਇੰਨੀ ਜ਼ਬਰਦਸਤ ਨਰਚਰਿੰਗ ਵੈਲਿਊ ਸੀਗੀਆਂ ਅੱਜ ਮੇਰੇ ਕੋਲ ਬੱਚੇ ਮੇਰੀ ਵੋਟੀ 10 ਮਿੰਟ ਲਈ ਛੱਡ ਜਾਏ ਮੈਂ ਪਰੇਸ਼ਾਨ ਹੋ ਜਾਵਾਂ ਮੇਰੇ ਕੋਲ ਕੋਈ ਵੈਲਿਊ ਹੀ ਨਹੀਂ ਹੈਗੀ ਲਾਈਫ ਦੀ ਬਟ ਆਈ ਸਟਾਰਟਿਡ ਦਿਸ ਡਿਸਕਸ਼ਨ ਕਿ ਔਰਤ ਨੂੰ ਬਰਾਬਰ ਲਿਆ ਪਰ ਔਰਤ ਤਾਂ ਪਹਿਲੇ ਸਾਡੇ ਤੋਂ ਬੈਟਰ ਬੈਠੀ ਸੀਗੀ ਸਭ ਤੋਂ ਵੱਡੀ ਹੋਰ ਉਸ ਤੋਂ ਵੱਡੀ ਪ੍ਰੋਬਲਮ ਮੈਨੂੰ ਕੀ ਲੱਗਦੀ ਕਿ ਅਸੀਂ ਉਸ ਧਰਤੀ 'ਚੋਂ ਆਏ ਜਿੱਥੋਂ ਕਦੀ ਗੁਰੂ ਨਾਨਕ ਆਏ ਕਬੀਰ ਸਾਹਿਬ ਆਏ ਨੌਵੇਂ ਪਾਤਸ਼ਾਹ ਆਏ ਉਹ ਦੁਨੀਆਂ ਨੂੰ ਸੁਨੇਹਾ ਦੇਣਗੇ ਉਹਨਾਂ ਨੇ ਚਾਰ ਉਦਾਸੀਆਂ ਕਰਦੇ ਨਾਨਕ ਸਾਹਿਬ ਨੇ ਇਹ ਸੁਨੇਹਾ ਦੇਣ ਲਈ ਜੋਤ ਦਾ ਉਹ ਮਿਡਲ ਈਸਟ ਤੱਕ ਗਏ ਉਹ ਆਸਾਮ ਤੱਕ ਗਏ ਸ਼੍ਰੀਲੰਕਾ ਤੱਕ ਗਏ ਉੱਪਰ ਲਹਿਰਦਾਰ ਤੱਕ ਗਏ ਇਸ ਗੱਲ ਨੂੰ ਸਮਝਾਉਣ ਲਈ ਨੌਵੇਂ ਪਾਤਸ਼ਾਹ ਜਿਹਨਾਂ ਦਾ 400 ਸਾਲ ਹੋਣੇ ਮਨਾਇਆ ਉਹ ਆਸਾਮ ਤੱਕ ਗਏ ਉਹਨਾਂ ਨੇ ਕਿੰਨੇ ਸਾਲ ਪੈਦਲ ਯਾਤਰਾ ਕੀਤੀ ਅਸੀਂ ਉਸ ਧਰਤੀ 'ਚੋਂ ਆ ਕੇ ਜਿਸ ਧਰਤੀ 'ਚੋਂ ਇਹ ਸੁਨੇਹ ਬਾਹਰ ਜਾਂਦੇ ਸੀਗੇ ਅੱਜ ਸਾਨੂੰ ਮੂਵੀ ਬਣਾਉਣੀ ਪੈ ਰਹੀ ਕਿੰਨੀ ਤਕੜੀ ਡਿਵੀਏਸ਼ਨ ਆ ਗਈ ਸਾਡੇ ਮੋਰਲ ਕੰਪਸ ਦੇ ਵਿੱਚ ਅਸੀਂ ਦੂਜਿਆਂ ਨੂੰ ਕੀ ਸਮਝਾਉਣਾ ਸੀ ਅਸੀਂ ਆਪਣਾ ਘਰ ਹੀ ਨਹੀਂ ਸਾਂਭ ਪਾਏ ਜਸਟ ਬਿਕੋਜ਼ ਅਸੀਂ ਆਪਣੀ ਵੈਲਿਊਜ਼ ਉੱਤੇ ਵਿਸ਼ਵਾਸ ਨਹੀਂ ਕੀਤਾ ਔਰ ਅਸੀਂ ਦੱਸ ਹੀ ਨਹੀਂ ਪਾਏ ਦੁਨੀਆਂ ਨੂੰ ਵੀ ਦੱਸ ਪਾਏ ਅਸੀਂ ਉਹਨਾਂ ਦੇ ਕੈਪੀਟਲਿਜ਼ਮ ਦੇ ਫਾਰਮੂਲੇ ਅਪਣਾ ਲਏ ਅਸੀਂ ਦੱਸ ਪਏ ਕਿ ਸਾਡੇ ਕੋਲ ਕੀ ਸੀਗਾ ਮੈਨੂੰ ਪਰਸਨਲੀ ਮੈਂ ਐਵੇਂ ਲੱਗਦਾ ਜਿੱਦਾਂ ਵਿੱਚ ਨੇ ਟੈਕਨੋਲੋਜੀ ਦੀ ਗੱਲ ਕੀਤੀ ਜਿੱਥੇ ਜਿਹੜੀ ਮੈਡੀਕਲ ਟੈਕਨੋਲੋਜੀਜ਼ ਆ ਰਹੀਆਂ ਨੇ ਮੈਨੂੰ ਲੱਗਦਾ ਕਿ ਸੰਤਾਂ ਉਹਦੇ ਫਰੇਮਵਰਕ ਉਹਦੇ ਐਥੀਕਲ ਮੈਥਡੋਲੋਜੀ ਫਰੇਮਵਰਕ ਡਿਵੈਲਪ ਕਰਨਾ ਚਾਹੀਦਾ ਦੁਨੀਆਂ ਨੂੰ ਦੱਸਣਾ ਚਾਹੀਦਾ ਸੀ ਕਿ ਇਹ ਟੈਕਨੋਲੋਜੀ ਨੂੰ ਐਥੀਕਲੀ ਕਿਵੇਂ ਯੂਜ਼ ਕਰਨਾ ਕਿਉਂਕਿ ਹੁਣ ਪ੍ਰੋਬਲਮ ਕੀ ਆ ਰਹੀ ਹੈ ਸਾਡੇ ਸਾਹਮਣੇ ਜਾਂ ਆਏਗੀ ਅੱਜ ਬਲੀ ਵੀ ਪਹਿਲਾਂ ਟੈਕਨੋਲੋਜੀ ਨਹੀਂ ਸੀ ਤਾਂ ਅਸੀਂ ਟੈਕਨੋਲੋਜੀ ਦੀ ਘਾਟ ਕਰਕੇ ਅਸੀਂ ਕੁੜੀ ਨੂੰ ਜੰਮਣ ਦਿੰਦੇ ਸੀਗੇ ਜੰਮਣ ਤੋਂ ਬਾਅਦ ਮਾਰਦੇ ਸੀ ਹੁਣ ਟੈਕਨੋਲੋਜੀ ਆ ਗਈ ਤਾਂ ਢਿੱਡ ਦੇ ਵਿੱਚ ਹੀ ਡਿਟੈਕਟ ਕਰਾ ਕੇ ਉੱਥੇ ਖਤਮ ਕਰਦੀ ਜੋ ਮੈਨੂੰ ਸਮਝ ਆਉਂਦੀ ਆ ਨੋਟ ਮੈਡੀਕਲ ਸਟੂਡੈਂਟ ਪਰ ਮੈਨੂੰ ਜੋ ਸਮਝ ਆਉਂਦੀ ਟੈਕਨੋਲੋਜੀ ਉਹ ਆ ਰਹੀ ਹੈ ਜਿੱਥੇ ਅਸੀਂ ਬੱਚੇ ਦਾ ਜੈਂਡਰ ਪਹਿਲੇ ਡਿਸਾਈਡ ਕਰ ਸਕਦੇ
ਉਹਨੇ ਪਹਿਲੇ ਕਹਿ ਦਿੰਦੇ ਮੈਨੂੰ ਕੁੜੀ ਚਾਹੀਦੀ ਨਾ ਆਈ ਐਮ ਮੋਰਲੀ ਓਕੇ ਮੈਂ ਤਾਂ ਕਿਸੇ ਦੀ ਹੱਟਿਆ ਹੀ ਨਹੀਂ ਹੁੰਦੀ ਮੈਂ ਤਾਂ ਪਹਿਲੇ ਕਹਿ ਦਿੱਤਾ ਮੈਨੂੰ ਮੁੰਡਾ ਚਾਹੀਦਾ ਉਹਨਾਂ ਨੇ ਪਹਿਲੇ ਹੀ ਜੋ ਵੀ ਕਰਨਾ ਸੀ ਮੈਡੀਕਲੀ ਕਰਕੇ ਵਿੱਚ ਇਜ਼ ਐਕਚੁਲੀ ਬਿਗਰ ਇਸ਼ੂ ਵੀ ਆਰ ਨੋਟ ਏਬਲ ਟੂ ਅੰਡਰਸਟੈਂਡ ਜਿਹੜੇ ਐਥੀਕਲ ਪਰਸਪੈਕਟਿਵ ਤੋਂ ਮੇਰੀ ਨੀਅਤ ਦੇ ਵਿੱਚ ਪ੍ਰੋਬਲਮ ਹੈਗੀ ਉਹ ਮੈਂ ਭਾਵੇਂ ਫਿਜ਼ੀਕਲੀ ਨਹੀਂ ਮਾਰ ਰਿਹਾ ਬਟ ਆਈ ਐਮ ਇਕੁਅਲੀ ਡੂਇੰਗ ਦ ਸੇਮ ਇਸ਼ੂ ਮੈਂ ਉਹ ਐਗਜੈਕਟਲੀ ਸੇਮ ਇਸ਼ੂ ਕ੍ਰੀਏਟ ਕਰ ਰਿਹਾ ਉੱਥੇ ਜੋ ਕ੍ਰਾਈਮ ਮੇਰਾ ਪਹਿਲੇ ਸੀ ਉਹ ਕ੍ਰਾਈਮ ਹੁਣ ਰਹੇਗਾ ਕਿਉਂਕਿ ਮੇਰੀ ਨੀਅਤ ਦੇ ਵਿੱਚ ਖੋਟ ਹੈ ਮੇਰਾ ਦਿਲ ਜਿਹੜਾ ਉਹ ਸਾਬਤ ਨਹੀਂ ਜੇ ਮੇਰੇ ਦਿਲ ਦੇ ਵਿੱਚ ਪ੍ਰੋਬਲਮ ਹੈਗੀ ਮੇਰੀ ਨੀਅਤ 'ਚ ਪ੍ਰੋਬਲਮ ਹੈਗੀ ਹੈ ਉਹ ਭਾਵੇਂ ਮੈਂ ਸਟੈਪ 1 ਤੋਂ ਸ਼ੁਰੂ ਕਰਨਾ ਭਾਵੇਂ ਸਟੈਪ 10 'ਤੇ ਚਲਾ ਜਾਵਾਂ ਮੇਰੀ ਨੀਅਤ ਪ੍ਰੋਬਲਮ ਹੈਗੀ ਉਹ ਜਿਹੜੀ ਮੋਰੈਲਿਟੀ ਹੈ ਜਿਹੜੇ ਐਥਿਕਸ ਨੇ ਉਹ ਦਿਲ ਦੇ ਉੱਤੇ ਖੜੇ ਹੋਏ ਹੁਣ ਤਾਂ ਅਕਸਰ ਮੈਂ ਕਹਿੰਦਾ ਇੱਥੇ ਵੈਸਟਰਨ ਵਰਲਡ ਦੇ ਵਿੱਚ ਉਹਨਾਂ ਨੇ ਵੀ ਇਹਨੂੰ ਜਿਹੜਾ ਉਹ ਇੰਟੈਂਟ ਨੂੰ ਪ੍ਰੋਬਲਮ ਕਹਿਣਾ ਸ਼ੁਰੂ ਕਰਤਾ ਜਿਹੜਾ ਬੰਦਾ ਟੈਰਰਿਸਟ ਅਟੈਕ ਪਲਾਨ ਕਰ ਰਿਹਾ ਉਹਨੂੰ ਅੰਦਰ ਕਰ ਦਿੰਦੇ ਨੇ ਕੀਤਾ ਤਾਂ ਉਹਨੇ ਕੁਝ ਵੀ ਨਹੀਂ ਹੁੰਦਾ ਜੀ ਹੁਣ ਤਾਂ ਇਹਨਾਂ ਨੂੰ ਸਮਝਾਉਣ ਕਿ ਸਾਨੂੰ ਤਾਂ 500 ਸਾਲ ਪਹਿਲੇ ਸਮਝਾਤਾ ਸੀ ਕਿ ਇੰਟੈਂਟ ਦੀ ਪ੍ਰੋਬਲਮ ਹੈ ਫਿਜ਼ੀਕਲ ਐਕਸ਼ਨ ਦੀ ਪ੍ਰੋਬਲਮ ਨਹੀਂ ਹੈਗੀ ਉਹ ਤਾਂ ਸੈਕੰਡਰੀ ਹੈ ਮੇਰੇ ਇੰਟੈਂਟ ਦੇ ਜੇਕਰ 10 ਪ੍ਰੋਬਲਮ ਪਾਪ ਕ੍ਰੀਏਟ ਹੋ ਰਹੇ ਨੇ ਦੱਸੋ ਦਾ ਜ਼ਿੰਮੇਦਾਰ ਮੈਂ ਭਾਵੇਂ ਐਕਸ਼ਨ ਮੈਂ ਕਿੱਦਾਂ ਕਰ ਪਾ ਰਿਹਾ ਹੁਣ ਇੱਧਰ ਦੀ ਵਰਲਡ ਵੀ ਇਹ ਮੰਨਣਾ ਸ਼ੁਰੂ ਹੋ ਗਿਆ ਕਹਿੰਦਾ ਇਹ ਪਲੈਨਿੰਗ ਕਰ ਰਿਹਾ ਇਹਨੂੰ ਅੰਦਰ ਕਰ ਦਿਓ ਇਹ ਟੈਰਰਿਸਟ ਅਟੈਕ ਦੀ ਪਲੈਨ ਕਰ ਰਿਹਾ ਸੀ ਕੀਤਾ ਤਾਂ ਸੀ ਕਿਉਂ ਉਹਨੇ ਇਹ ਜਿਹੜਾ ਸੀਗਾ ਸਭ ਤੋਂ ਵੱਡੀ ਜਿਹੜੀ ਉਸ ਤੋਂ ਉੱਪਰ ਦੀ ਗੱਲ ਲੱਗੀ ਮੈਨੂੰ ਜਿੱਦਾਂ ਇੱਕ ਔਰਤ ਜ਼ਿੰਮੇਦਾਰ ਹੈ ਸੋਸਾਇਟੀ ਨੂੰ ਅੱਗੇ ਚਲਾਉਣ ਦੀ ਅਗਲੀ ਜਨਰੇਸ਼ਨ ਨੂੰ ਅੱਗੇ ਚਲਾਉਣ ਦੀ ਉਹਨੂੰ ਸਮਝਾਉਣ ਦੀ ਜਿਹੜੀ ਮੇਰੇ ਕੋਲ ਸਪਿਰਚੁਅਲ ਵੈਲਿਊਜ਼ ਅੱਜ ਤੋਂ 500 ਸਾਲ ਪਹਿਲੇ ਦਿੱਤੀਆਂ ਗਈਆਂ ਉਸ 'ਚ ਕਿਹਾ ਗਿਆ ਕਿ ਮਾਤਾ ਮਤ ਪਿਤਾ ਸਮਝੋ ਅਗਰ ਮੈਨੂੰ ਆਪਣੀ ਅਗਲੀ ਜਨਰੇਸ਼ਨ ਚਲਾਉਣੀ ਹੈ ਤਾਂ ਮੇਰੇ ਲਈ ਵਿਜ਼ਡਮ ਹੀ ਮੇਰੀ ਮਦਰ ਹੈਗੀ ਹੈ ਅਤੇ ਕੰਟੈਂਟਮੈਂਟ ਮੇਰਾ ਫਾਦਰ ਅਤੇ ਸੈਡਲੀ ਮੈਂ ਦੋਨੋਂ ਨੂੰ ਹੀ ਮਾਰਦਾ ਮੈਂ ਇਸ ਵਿਜ਼ਡਮ ਨੂੰ ਵੀ ਮਾਰ ਬੈਠਾ ਅਤੇ ਕੰਟੈਂਟਮੈਂਟ ਨੂੰ ਵੀ ਮਾਰਤਾ ਸੰਤੋਖ ਰਹੇ ਨਹੀਂ ਸਾਡੇ ਜੀਵਨ 'ਚ ਕਿਉਂਕਿ ਔਰਤ ਨੂੰ ਅਸੀਂ ਇੱਕ ਲਾਇਬਿਲਟੀ ਬਣਾ ਲਿਆ ਇੰਟਰੀਅਰ ਸੈਂਸ ਮੈਂ ਔਫਨ ਹੈ ਜਾਂ ਮੈਂ ਔਫਨ ਹੈਗਾ ਇੰਟਰੀਅਰ ਸੈਂਸ ਮੈਂ ਨਾਲ ਤਾਂ ਕਿਉਂਕਿ ਮੈਂ ਦੋਨੋਂ ਨੂੰ ਨਹੀਂ ਲੈ ਕੇ ਸਕਦਾ ਨਾਲ ਕਿਉਂਕਿ ਮੇਰਾ ਜਿਹੜਾ ਪਰਸਪੈਕਟਿਵ ਸਰੀਰ 'ਤੇ ਖੜਾ ਮੇਰੇ ਫਿਜ਼ੀਕਲ ਮਾਤਾ ਪਿਤਾ ਹੈਗੇ ਮੈਂ ਲੈ ਰਹੇ ਸਭ ਕੁਝ ਠੀਕ ਹੈ ਪਰ ਜਦੋਂ ਵਾਪਸ ਆਪਣੇ ਵਿਰਸੇ ਵੱਲ ਜਾਵਾਂਗੇ ਤਾਂ ਉੱਥੇ ਗੱਲ ਬਿਲਕੁਲ ਹੀ ਕਲੀਅਰ ਲਿਖੀ ਹੋਈ ਉਹ 'ਚ ਕੋਈ ਲੁਕੋ ਛੁਪੋ ਨਹੀਂ ਕੀਤਾ ਉਹਨਾਂ ਨੇ ਜਿਸ ਵਿਰਸੇ ਦੀ ਜਿਸ ਕਲਚਰ ਦੀ ਵਿਜ਼ਡਮ ਰੂਪੀ ਮਦਰ ਨਹੀਂ ਰਹਿੰਦੀ ਜਿਹਦੇ ਕੋਲ ਕੰਟੈਂਟਮੈਂਟ ਨਹੀਂ ਰਹਿੰਦੀ ਉਹ ਕਲਚਰ ਖਤਮ ਹੋ ਜਾਂਦਾ ਹੁਣ ਜਿਸ ਕਲਚਰ ਦੇ ਵਿੱਚ ਦੋਨੋਂ ਨਹੀਂ ਰਹਿ ਜਾਂਦੇ ਨਾ ਆਈ ਬਿਲੀਵ ਕਿ ਉੱਥੇ ਜਿਹੜੀ ਹੈ ਗੁਰਮਤ ਹੈ ਜਿਹੜੀ ਉਹ ਐਂਡ ਰਿਜ਼ਲਟ ਹੋਈ ਜਾਂਦਾ ਇਹ ਇਹ ਜਿਹੜੀ ਕੋਈ ਗੱਲ ਹੈਗੀ ਹੈ ਇਹ ਇਹ ਕੋਈ ਲੁਕੋ ਛੁਪੋ ਨਹੀਂ ਉਹਨਾਂ ਨੇ ਵੀ ਕਹਿਤਾ ਵੀ ਬੀਜੇ ਬਿਖ ਮੰਗੇ ਅੰਮ੍ਰਿਤ ਵੀ ਨਿੰਬੂ ਦਾ ਬੀਜ ਪਾਵਾਂਗੇ ਤਾਂ ਅੰਬ ਨਹੀਂ ਉੱਗਣ ਲੱਗੇ ਜੇ ਔਰਤ ਨੂੰ ਅੱਜ ਖਤਮ ਕਰਾਂਗੇ ਤਾਂ 30 ਸਾਲ ਬਾਅਦ ਸਾਡੀ ਸੁਸਾਇਟੀ ਦਾ ਵੀ ਸੱਤਿਆਨਾਸ਼ ਹੋਏਗਾ ਹੀ ਹੋਏਗਾ ਕਿਉਂਕਿ ਅਸੀਂ ਇਹਨਾਂ ਦੋਨੋਂ ਚੀਜ਼ਾਂ ਤੋਂ ਮਨੁੱਕਰ ਗਏ ਸੋ ਜੋ ਮੇਰੇ ਲਈ ਪਰਸਨਲ ਟੇਕ ਅਵੇ ਸੀਗਾ ਜੋ ਮੈਂ ਇਹ ਕੀਤਾ ਮੈਂ ਅਗੇਨ ਮੈਂ ਨੋਟ ਆ ਸਪੈਸ਼ਲਿਸਟ ਔਨ ਫੀਮੇਲ ਇਨਫੈਂਟੀਸਾਈਡ ਜਿਹੜਾ ਮੇਰਾ ਪਰਸਨਲ ਪਰਸਪੈਕਟਿਵ ਹੁੰਦਾ ਚੀਜ਼ਾਂ 'ਤੇ ਉਹ ਬੜਾ ਗੁਰਬਾਣੀ ਡ੍ਰਿਵਨ ਹੁੰਦਾ ਜਦ ਵੀ ਮੇਰੇ ਅੰਦਰ ਮੇਰੇ ਮਨ ਦੇ ਲੈਵਲ ਦੇ ਉੱਤੇ ਮੇਰਾ ਸਪਿਰਚੁਅਲ ਕੰਪਾਸ ਚੱਲਦਾ ਹੈ ਅਤੇ ਉਹਦਾ ਫਿਜ਼ੀਕਲ ਵਰਲਡ 'ਤੇ ਇੰਪੈਕਟ ਹੁੰਦਾ ਹੀ ਹੁੰਦਾ ਭਾਵੇਂ ਉਹ ਸਪਿਰਚੁਅਲ ਕੰਪਾਸ ਪੋਜ਼ੀਟਿਵਲੀ ਲੈ ਭਾਵੇਂ ਨੈਗੇਟਿਵਲੀ ਲੈ ਪਰ ਜਦੋਂ ਪੂਰੀ ਸੋਸਾਇਟੀ ਦੇ ਤੌਰ 'ਤੇ ਇੰਨਾ ਸ਼ੁਰੂ ਹੋ ਜਾਂਦਾ ਅਤੇ ਪੂਰੀ ਸੋਸਾਇਟੀ ਨੂੰ ਅਗਰ ਨੈਗੇਟਿਵ ਤੌਰ 'ਤੇ ਲੈਣਾ ਸ਼ੁਰੂ ਕਰ ਦਿੰਦੀ ਉਹ ਸੋਸਾਇਟੀ ਕਿਹੜੇ ਪਾਸੇ ਜਾਂਦੀ ਅਸੀਂ ਆਪ ਹੀ ਸੋਚ ਸਕਦੇ ਹਾਂ ਸੋ ਇੰਨਾ ਕਹਿੰਦਾ ਹੋਇਆ ਆਈ ਐਮ ਰੀਅਲੀ ਰੀਅਲੀ ਥੈਂਕਫੁਲ ਥੈਂਕ ਯੂ ਭਾਜੀ ਦਾ ਜਿਹਨਾਂ ਨੇ ਮੌਕਾ ਬਖਸ਼ਿਆ ਅਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਵੀ ਇਹ ਹੁਣੇ ਥੈਂਕ ਯੂ